ਨਾਲੇ ਅਸੀਂ ਫੀਡਬੈਕ ਵੀ ਚਾਹੁੰਦੇ ਹਾਂ ਕਿ ਆਵਾਜ਼ ਠੀਕ ਆਉਂਦੀ ਹੈ। ਫੋਨ ਨਹੀਂ ਕਿਸੇ ਨੇ ਕਰਨਾ ਹਜੇ ਜੀ, ਇਨਬੋਕਸ ਹੀ ਦੱਸ ਸਕਦੇ ਹੋ ਤੇ ਵਟਸਐਪ ਦੇ ਨਾਲ ਆਪਾਂ ਸਾਂਝ ਪਾ ਲਈਏ। ਸਾਂਝ ਪਾਉਣ ਤੋਂ ਪਹਿਲਾਂ ਧੰਨਵਾਦ ਕਰਦੇ ਉਹਨਾਂ ਸੱਜਣਾਂ ਦਾ ਜਿਹੜੇ ਸਾਨੂੰ ਸਾਥ ਸਹਿਯੋਗ ਦਿੰਦੇ ਆ, ਤੇ ਸਹਿਯੋਗੀ ਸੱਜਣਾਂ ਦੇ ਵਿਚੋਂ ਬਾਈ ਜਸਵਿੰਦਰ ਸਿੰਘ ਮਿਸੀਸਿਪੀ ਵਾਲੇ, ਨਾਲ ਹੀ ਜਸਵੰਤ ਸਿੰਘ ਸੋਹਤਾ ਸਾਹਿਬ ਤੇ ਪਿੰਡ ਸਿੰਧਵਾਂ ਦੋਨਾਂ ਦੇ ਵਾਸੀ ਤੇ ਨਿਵਾਸੀ ਤੇ ਨਾਲ ਪ੍ਰਵਾਸੀ ਜਿਨ੍ਹਾਂ ਦਾ ਸਾਥ ਸਹਿਯੋਗ ਸਾਨੂੰ ਹਮੇਸ਼ਾ ਹੀ ਮਿਲਦਾ। ਸੋ ਵਟਸਐਪ ਸਵਾਗਤ ਤੁਹਾਡਾ ਵੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਮਿਹਰਬਾਨੀ ਸੁਖਨੈਪ ਜੀ। ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ USA ਵਾਲਿਆਂ ਵੱਲੋਂ ਜੀ। ਤੇ ਵਟਸਐਪ ਖਬਰਾਂ ਸਾਰਾਂ ਦੇ ਵਿਚੋਂ ਮਾਰ ਗਏ ਜੀ ਝਾਤ ਪਹਿਲੀ ਵੱਡੀ ਖਬਰ ਦੇ ਉੱਤੇ। ਤੇ ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ, ਹੁਣ ਫੇਰ ਚਰਚਾ ਰਹਿਣੀ ਹੈ। ਬੀਜੇਪੀ ਨੇ ਜਿੱਤਣ ਦੀ ਕੋਸ਼ਿਸ਼ ਕਰਨੀ ਆ, ਕਾਂਗਰਸ ਨੇ ਆਪਣਾ ਯਤਨ ਲਾਉਣਾ, ਤੇ ਅੱਜ ਕਹਿੰਦੇ ਇੱਕ ਹੋਰ ਹੀ ਉਦਮੂਲ ਉੱਠ ਖੜਾ ਇਸ ਮਾਮਲੇ ਦੇ ਉੱਤੇ। ਬਿਲਕੁਲ ਸੁਖਨੈਪ ਜੀ, ਅੱਜ ਸਿਆਸੀ ਤੌਰ ਦੇ ਉੱਤੇ ਪਟਾਕਿਆਂ ਦਾ ਦਿਨ ਸੀ। ਪਟਾਕਿਆਂ ਦਾ ਦਿਨ ਇਸ ਕਰਕੇ ਸੀ ਕਿ ਇੱਕ ਤਾਂ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਉਹਨਾਂ ਦਾ ਐਲਾਨ ਹੋ ਗਿਆ, ਦੂਸਰਾ ਉਸ ਐਲਾਨ ਤੋਂ ਪਹਿਲਾਂ ਇੱਕ ਐਲਾਨ ਹੋਰ ਹੀ ਹੋ ਗਿਆ, ਤੀਸਰਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਆਖਰੀ ਪਲਾਂ ਦੇ ਉੱਤੇ ਪਹੁੰਚਿਆ ਹੋਇਆ, ਇੱਕ ਦਿਨ ਬਾਕੀ ਹੈ ਉਹਦੇ ਤੋਂ ਪਹਿਲਾਂ, ਫਿਰ ਜਿੰਨਿਆਂ ਕੁ ਨੇ ਬਾਹਾਂ ਟੰਗਣੀਆਂ ਸੀ ਅੱਜ ਫੇਰ ਟੰਗ ਲਈਆਂ। ਪਰ ਜੇ ਆਪਾਂ ਗੱਲ ਕਰਨਾਟਕ ਤੋਂ ਹੀ ਸ਼ੁਰੂ ਕਰਨੀ ਆ ਤਾਂ ਕਰਨਾਟਕ ਸੂਬੇ ਦੀ ਚੋਣ ਸੁਖਨੈਪ ਜੀ ਆਮ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲੋਂ ਵੱਖਰੀ ਹੈ। ਵੱਖਰੀ ਇਸ ਕਰਕੇ ਹੈ ਕਿ ਉਹ ਕਾਂਗਰਸ ਪਾਰਟੀ ਜਿਹੜੀ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਜੀ, ਉਹ ਕਾਂਗਰਸ ਪਾਰਟੀ ਜਿਹੜੀ ਕਿ 1885 ਦੇ ਵਿੱਚ ਸ਼ੁਰੂ ਹੋਈ ਜੀ, ਉਹ ਕਾਂਗਰਸ ਪਾਰਟੀ ਜਿਹਦਾ ਆਜ਼ਾਦੀ ਤੋਂ ਬਾਅਦ ਲੰਬਾ ਸਮਾਂ ਸਾਰੇ ਭਾਰਤ ਦੇ ਉੱਤੇ ਸਿਆਸੀ ਤੌਰ ਤੇ ਮੁਕੰਮਲ ਕਬਜ਼ਾ ਰਿਹਾ। ਕੋਈ ਵਿਰਲਾ ਤਾਂ ਸੂਬਾ ਹੁੰਦਾ ਸੀ ਜਿਹੜਾ ਇਹਨਾਂ ਦੀ ਪਕੜ ਤੋਂ ਬਾਹਰ ਸੀ, ਨਹੀਂ ਤਾਂ ਸਾਰੇ ਭਾਰਤ ਵਿੱਚ ਸਰਕਾਰਾਂ ਕਾਂਗਰਸ ਦੀਆਂ ਜੀ। ਅੱਜ 2018 ਦੇ ਵਿੱਚ ਸਮਾਂ ਇਹ ਆ ਗਿਆ ਕਿ ਭਾਰਤ ਦੇ ਵਿੱਚ ਲੈ ਦੇ ਕੇ ਗਿਣਤੀ ਦੇ 4 ਸੂਬੇ ਹੀ ਐਸੇ ਨੇ ਜਿਹਨਾਂ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ, ਤੇ ਉਹਨਾਂ ਸੂਬਿਆਂ ਦੇ ਵਿੱਚੋਂ ਸਭ ਤੋਂ ਵੱਡਾ ਸੂਬਾ ਕਰਨਾਟਕ, ਜਿਸ ਕਰਨਾਟਕ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ। ਜਦੋਂ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਕਿ ਸਾਨੂੰ ਕਾਂਗਰਸ ਮੁਕਤ ਭਾਰਤ ਚਾਹੀਦਾ, ਤੇ ਜੇ ਭਾਰਤੀ ਜਨਤਾ ਪਾਰਟੀ ਵਾਲੇ ਐਤਕੀ ਕਰਨਾਟਕ ਜਿੱਤ ਗਏ ਤਾਂ ਫਿਰ ਪੰਜਾਬ ਹੀ ਬਾਕੀ ਰਹਿ ਗਿਆ, ਬਾਕੀ ਤਾਂ ਮੁਕਤੀ ਮੁਕਤ ਸਮਝੋ ਜੀ। ਇਸ ਕਰਕੇ ਕਾਂਗਰਸ ਪਾਰਟੀ ਦੇ ਲਈ ਆਪਣੇ ਆਪ ਨੂੰ ਸਿਆਸੀ ਤੌਰ ਤੇ ਭਾਰਤ ਦੇ ਵਿੱਚ ਜਿਉਂਦਿਆਂ ਰੱਖਣ ਦੇ ਲਈ ਕਰਨਾਟਕ ਦੀ ਵਿਧਾਨ ਸਭਾ ਚੋਣ ਦੀ ਲੜਾਈ ਬਹੁਤ ਮਹੱਤਵਪੂਰਨ ਹੈ। ਹੁਣ 2019 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਰਨਾਟਕ ਵਰਗੇ ਵੱਡੇ ਸੂਬੇ ਦੀ ਇਹ ਵਿਧਾਨ ਸਭਾ ਚੋਣ ਜਿੱਥੇ ਕਾਂਗਰਸ ਸੱਤਾਧਾਰੀ ਹੈ, ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਜੇ ਕਰਨਾਟਕ ਦੇ ਲੋਕ ਦੁਬਾਰਾ ਫਤਵਾ ਕਾਂਗਰਸ ਪਾਰਟੀ ਦੇ ਹੱਕ 'ਚ ਦਿੰਦੇ ਆ ਜੀ ਤਾਂ ਭਾਰਤ ਦੇ ਬਹੁਤ ਸਾਰੇ ਲੋਕਾਂ ਦੇ ਕੋਲ ਇਹ ਮੈਸੇਜ ਜਾਏਗਾ, ਇਹ ਸੰਕੇਤ ਜਾਏਗਾ, ਇਹ ਸੰਦੇਸ਼ ਜਾਏਗਾ ਕਿ ਪਹਿਲਾਂ ਗੁਜਰਾਤ ਦੇ ਵਿੱਚ ਕਾਂਗਰਸ ਦੀਆਂ ਸੀਟਾਂ ਤੇ ਵੋਟਾਂ ਵਧੀਆਂ, ਉਹਦੇ ਤੋਂ ਬਾਅਦ ਰਾਜਸਥਾਨ ਦੇ ਵਿੱਚ ਜ਼ਿਮਨੀ ਚੋਣਾਂ ਜਿੱਤੀਆਂ ਭਾਜਪਾ ਦੀ ਸਰਕਾਰ ਹੁੰਦਿਆਂ, ਫਿਰ ਮੱਧ ਪ੍ਰਦੇਸ਼ ਦੇ ਵਿੱਚ 22 ਇਲੈਕਸ਼ਨ ਜਿੱਤੀ ਭਾਜਪਾ ਦੀ ਗੌਰਮੈਂਟ ਹੁੰਦਿਆਂ, ਉਧਰਲੇ ਪਾਸੇ ਬੀਜੇਪੀ ਉੱਤਰ ਪ੍ਰਦੇਸ਼ ਦੇ ਵਿੱਚ 22 ਇਲੈਕਸ਼ਨ ਹਾਰੀ ਸਰਕਾਰ ਹੁੰਦਿਆਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਕੱਠੀਆਂ ਹੋ ਕੇ ਫਿਰ ਕਰਨਾਟਕ ਦੀ ਵਿਧਾਨ ਸਭਾ ਚੋਣ ਦੇ ਨਤੀਜੇ ਦੇ ਨਾਲ ਜੁੜਨਗੀਆਂ ਕਿ ਲੱਗਦਾ ਭਾਰਤੀ ਜਨਤਾ ਪਾਰਟੀ ਦਾ ਸੂਤੜਾ ਸਾਫ਼ ਹੋਣ ਲੱਗਿਆ ਤੇ ਕਾਂਗਰਸ ਪਾਰਟੀ ਹੌਲੀ ਹੌਲੀ ਮਜ਼ਬੂਤ ਹੋਣ ਲੱਗੀ ਹੈ। 2019 ਦੀਆਂ ਚੋਣਾਂ ਦੇ ਉੱਤੇ ਵੋਟਰਾਂ ਦੇ ਉੱਤੇ ਮਾਨਸਿਕ ਤੌਰ ਤੇ ਪ੍ਰਭਾਵ ਪਏਗਾ ਜ਼ਰੂਰ, ਪਰ ਜੇ ਭਾਰਤੀ ਜਨਤਾ ਪਾਰਟੀ ਕਰਨਾਟਕ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਪੈਰ ਉਖਾੜਨ ਦੇ ਵਿੱਚ ਕਾਮਯਾਬ ਹੁੰਦੀ ਹੈ ਤਾਂ ਫਿਰ ਲੋਕਾਂ ਨੂੰ ਫੂਲਪੁਰ ਦੀ ਜ਼ਿਮਨੀ ਚੋਣ ਦਾ ਨਤੀਜਾ ਵੀ ਚੇਤਾ ਭੁੱਲ ਜਾਣਾ, ਗੋਰਖਪੁਰ ਦਾ ਵੀ ਭੁੱਲ ਜਾਣਾ, ਉਹਨਾਂ ਨੂੰ ਰਾਜਸਥਾਨ ਵੀ ਨਹੀਂ ਚੇਤੇ ਰਹਿਣਾ ਤੇ ਮੱਧ ਪ੍ਰਦੇਸ਼ ਵੀ ਵਿਸਰ ਜਾਣਾ। ਫਿਰ ਇਹੀ ਗੱਲ ਰਹਿਣੀ ਹੈ ਕਿ ਭਾਈ ਵੇਖੋ ਕਾਂਗਰਸ ਪਾਰਟੀ ਹੋਰ ਸੀਮਿਤ ਕਰ ਦਿੱਤੀ, ਹੋਰ ਸੁੰਗੜ ਕੇ ਰਹਿ ਗਈ, ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਇਹਨੇ ਕਿੱਥੋਂ ਕਰ ਲੈਣਾ ਤੇ ਰਾਹੁਲ ਗਾਂਧੀ ਦੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਤੋਂ ਬਾਅਦ ਇਹ ਚੋਣ ਸਿਆਸੀ ਤੌਰ ਦੇ ਉੱਤੇ ਉਹਨਾਂ ਦੇ ਸਿਆਸੀ ਕਰੀਅਰ ਦੇ ਲਈ ਕਿੰਨੀ ਮਹੱਤਵਪੂਰਨ ਹੈ ਇਹ ਰਾਹੁਲ ਗਾਂਧੀ ਵੀ ਜਾਣਦੇ ਆ ਤੇ ਕਾਂਗਰਸ ਪਾਰਟੀ ਦੇ ਵਰਕਰ ਵੀ ਜਾਣਦੇ ਆ। ਅੱਜ ਜਿਸ ਵੇਲੇ ਭਾਰਤ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ 17 ਅਪ੍ਰੈਲ ਤੋਂ ਚੋਣ ਪ੍ਰਕਿਰਿਆ ਕਰਨਾਟਕ 'ਚ ਸ਼ੁਰੂ ਹੋਣੀ ਹੈ, ਕੁੱਲ 224 ਸੀਟਾਂ ਨੇ, ਬਹੁਮਤ ਪ੍ਰਾਪਤ ਕਰਨ ਦੇ ਲਈ 113 ਚਾਹੀਦੀਆਂ, 4,90,00,000 ਵੋਟਰਾਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਜਨਤਾ ਦਲ ਸੈਕੂਲਰ ਦੇ ਰੂਪ ਦੇ ਵਿੱਚ ਜਿਹੜੀ ਤੀਸਰੀ ਧਿਰ ਹੈ ਉਹਨੂੰ ਵੋਟਾਂ ਤੇ ਸੀਟਾਂ ਕਿੰਨੀਆਂ ਦੇਣੀਆਂ, ਕਾਂਗਰਸ ਨੂੰ ਦੁਬਾਰਾ ਜਿਤਾਉਣਾ ਜਾਂ ਭਾਰਤੀ ਜਨਤਾ ਪਾਰਟੀ ਦੇ ਹੱਥ ਦੇ ਵਿੱਚ ਕਰਨਾਟਕ ਦੀ ਸਰਕਾਰ ਦੇਣੀ ਹੈ ਆਉਣ ਵਾਲੇ 5 ਵਰ੍ਹਿਆਂ ਦੇ ਲਈ।
17 अप्रैल ਨੂੰ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ, ਉਸੇ ਦਿਨ ਨਾਮਜ਼ਦਗੀ ਪਰਚੇ ਦਾਖਲ ਕੀਤੇ ਜਾਣ ਦੀ ਪ੍ਰਕਿਰਿਆ ਵੀ ਸ਼ੁਰੂ। 24 ਅਪ੍ਰੈਲ ਤੱਕ ਜਿਹੜਾ ਵੀ ਕੋਈ ਉਮੀਦਵਾਰ ਕਿਸੇ ਪਾਰਟੀ ਦੇ ਤੌਰ ਤੇ ਆਜ਼ਾਦ ਤੌਰ ਤੇ ਪਰਚੇ ਦਾਖਲ ਕਰਨਾ ਚਾਹੁੰਦਾ ਆ ਜਾਵੇ। 25 ਅਪ੍ਰੈਲ ਨੂੰ ਹੋਣੀ ਹੈ ਇਹਨਾਂ ਦੀ ਪੜਤਾਲ। 26 ਤੇ 27 ਅਪ੍ਰੈਲ ਨੂੰ ਨਾਮੀਨੇਸ਼ਨ ਪੇਪਰ ਵਾਪਸ ਲਏ ਜਾ ਸਕਦੇ ਆ। 12 ਮਈ ਨੂੰ ਜਾ ਕੇ ਫਿਰ ਪੈਣੀਆਂ ਵੋਟਾਂ ਤੇ 15 ਮਈ ਨੂੰ ਆ ਜਾਣੇ ਨਤੀਜੇ। ਹੁਣ ਇਹ ਐਲਾਨ ਕਰ ਦਿੱਤਾ ਚੋਣ ਕਮਿਸ਼ਨ ਨੇ, ਪਰ ਸੁਖਨੈਬ ਜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਤੱਕ ਚੋਣ ਕਮਿਸ਼ਨ ਕਿਸੇ ਸੂਬੇ ਦੇ ਵਿੱਚ ਪੈਣ ਵਾਲੀਆਂ ਵੋਟਾਂ ਦੇ ਪ੍ਰੋਗਰਾਮ ਨੂੰ ਡਿਸਕਲੋਜ਼ ਨਹੀਂ ਕਰਦਾ, ਉਹਦਾ ਐਲਾਨ ਜਨਤਕ ਤੌਰ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਕਰਦਾ, ਉਨੀ ਦੇਰ ਉਹ ਚੋਣ ਕਮਿਸ਼ਨ ਦਾ ਬਹੁਤ ਸੀਕ੍ਰੇਟ ਫੈਸਲਾ ਹੁੰਦਾ, ਬਹੁਤ ਗੁਪਤ ਜਿਹੜਾ ਡਿਸੀਜ਼ਨ ਹੁੰਦਾ ਇੱਕ। ਪਰ ਹੋਇਆ ਕਿ ਪ੍ਰੈਸ ਕਾਨਫਰੰਸ ਸੱਦੀ, ਬਹੁਤ ਸਾਰੇ ਪੱਤਰਕਾਰ 15-20 ਮਿੰਟ ਪਹਿਲਾਂ ਪਹੁੰਚਦੇ ਜਦੋਂ ਪ੍ਰੈਸ ਕਾਨਫਰੰਸ ਹੋਣੀ ਹੁੰਦੀ ਹੈ, ਇਸੇ ਤਰ੍ਹਾਂ ਦੀ ਮਹੱਤਵਪੂਰਨ ਹੈ। ਪੱਤਰਕਾਰ ਉੱਥੇ ਪਹੁੰਚ ਕੇ 15-20 ਮਿੰਟ ਅਜੇ ਰਹਿੰਦੇ ਆ, ਚੋਣ ਕਮਿਸ਼ਨ ਦੇ ਅਧਿਕਾਰੀ ਆ ਕੇ ਆਪਣੀਆਂ ਕੁਰਸੀਆਂ ਤੇ ਬੈਠੇ ਨੇ ਕਿ ਅਚਾਨਕ ਇੱਕ ਟਵੀਟ ਕਰ ਦਿੱਤਾ ਜਾਂਦਾ ਹੈ ਭਾਰਤੀ ਜਨਤਾ ਪਾਰਟੀ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਦੁਆਰਾ। ਟਵੀਟ ਕੀ ਕੀਤਾ ਜਾਂਦਾ ਹੈ, ਉਹ ਕਹਿੰਦੇ ਜੀ ਦੇਖੋ 12 ਮਈ ਨੂੰ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ। ਇਹ ਟਵੀਟ ਉਸ ਵੇਲੇ ਉੱਥੇ ਮੌਜੂਦ ਪੱਤਰਕਾਰਾਂ ਦੇ ਕੋਲੇ ਪਹੁੰਚ ਗਿਆ ਸੀ ਜਦੋਂ ਅਜੇ ਚੋਣ ਕਮਿਸ਼ਨ ਦਾ ਕੋਈ ਵੀ ਅਧਿਕਾਰੀ ਪ੍ਰੈਸ ਕਾਨਫਰੰਸ ਵਿੱਚ ਪਹੁੰਚਿਆ ਹੀ ਨਹੀਂ ਸੀ, ਅਜੇ ਉਹਨਾਂ ਨੇ ਐਲਾਨ ਕੀਤਾ ਹੀ ਨਹੀਂ ਸੀ। ਤੇ ਉਹਦੇ ਤੋਂ ਪਹਿਲਾਂ ਟਵੀਟ ਕਰ ਦੇਣਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਮੁਖੀ ਨੂੰ ਉਸ ਫੈਸਲੇ ਦੇ ਬਾਰੇ ਕਿੱਥੋਂ ਪਤਾ ਲੱਗਾ ਜਿਹੜਾ ਫੈਸਲਾ ਅਜੇ ਭਾਰਤ ਦੇ ਲੋਕਾਂ ਦੇ ਨਾਲ, ਪ੍ਰੈਸ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਸਾਂਝਾ ਹੀ ਨਹੀਂ ਕੀਤਾ ਗਿਆ। ਇਹ ਆਉਣ ਵਾਲਾ ਜਿਹੜਾ ਸਮਾਂ ਇਸ ਮੁੱਦੇ ਦੇ ਉੱਤੇ ਬਹੁਤ ਵੱਡੀ ਚਰਚਾ ਛਿੜੂ, ਕਿਉਂਕਿ ਉਸੇ ਵੇਲੇ ਪੱਤਰਕਾਰਾਂ ਨੇ ਕਿਹਾ ਕਿ ਚੋਣ ਕਮਿਸ਼ਨਰ ਸਾਹਿਬ 12 ਮਈ ਨੂੰ ਵੋਟਾਂ ਪੈਣੀਆਂ, ਤੁਸੀਂ ਹੁਣ ਦੱਸਣ ਲੱਗੇ, ਸਾਨੂੰ ਤਾਂ 15 ਮਿੰਟ ਹੋ ਗਿਆ ਪਤਾ ਵੀ ਲੱਗ ਗਿਆ, ਬੀਜੇਪੀ ਦਾ ਆਈਟੀ ਸੈੱਲ ਦਾ ਮੁਖੀ ਸਾਨੂੰ ਦੱਸ ਗਿਆ। ਹਾਲਾਂਕਿ ਉਸ ਟਵੀਟ ਦੇ ਵਿੱਚ ਸੁਖਨੈਬ ਜੀ ਇੱਕ ਗੱਲ ਦੀ ਗਲਤੀ ਜ਼ਰੂਰ ਸੀ, ਉੱਥੇ ਕਿਹਾ ਗਿਆ ਸੀ ਕਿ 18 ਮਈ ਨੂੰ ਵੋਟਾਂ ਦੀ ਗਿਣਤੀ ਹੋਣੀ ਆ, ਪਰ ਇੱਥੇ 15 ਮਈ ਨੂੰ ਦੱਸਿਆ ਗਿਆ। ਪਰ ਫਿਰ ਵੀ ਵੋਟਾਂ ਪੈਣ ਵਾਲੇ ਦਿਨ ਦਾ ਉਸ ਆਈਟੀ ਸੈੱਲ ਬੀਜੇਪੀ ਦੇ ਮੁਖੀ ਨੂੰ ਕਿਵੇਂ ਪਤਾ ਸੀ, ਉਹਦੇ ਬਾਬਤ ਸ਼ਿਕਾਇਤ ਦਿੱਤੀ ਗਈ ਹੈ ਤੇ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਬਹੁਤ ਗੰਭੀਰ ਮਸਲਾ ਹੈ ਤੇ ਅਸੀਂ ਇਸ ਮਸਲੇ ਨੂੰ ਵਿਚਾਰਾਂਗੇ ਜ਼ਰੂਰ ਤੇ ਇਸ ਮੁੱਦੇ ਦੀ ਸਾਰੀ ਜਾਂਚ ਪੜਤਾਲ ਕਰਾ ਕੇ ਵੇਖਾਂਗੇ ਕਿ ਅਸਲ ਵਿੱਚ ਇਹ ਸਾਰਾ ਮਸਲਾ ਜਿਹੜਾ ਉਹ ਕਿਹਨੇ ਡਿਸਕਲੋਜ਼ ਕੀਤਾ। ਹੁਣ ਈਵੀਐਮ ਮਸ਼ੀਨਾਂ ਦੇ ਉੱਤੇ ਵੀ ਦੁਬਾਰਾ ਸਵਾਲ ਖੜੇ ਹੋਣੇ ਹੈ ਕਿ ਭਾਈ ਜਿਹਨਾਂ ਨੂੰ ਚੋਣ ਕਮਿਸ਼ਨ ਦੇ ਫੈਸਲਿਆਂ ਦੀ ਪਹਿਲਾਂ ਭਿਣਕ ਹੁੰਦੀ ਹੈ, ਸਾਰਾ ਪਤਾ ਹੁੰਦਾ ਹੈ, ਉਹ ਬੰਦੇ ਈਵੀਐਮ ਦੇ ਮੁੱਦੇ ਤੇ ਵੀ ਕੁਝ ਨਾ ਕੁਝ ਖਰਾਬੀ ਕਰ ਸਕਦੇ ਆ, ਇਸ ਗੱਲ ਦਾ ਰੌਲਾ ਰੱਪਾ ਦੁਬਾਰਾ ਸ਼ੁਰੂ ਹੋਏਗਾ। ਸੁਖਨੈਬ ਜੀ ਇਹਦੇ ਨਾਲ ਨਾਲ ਕਰਨਾਟਕ ਦੇ ਵਿੱਚ ਹੋਏਗਾ ਕੀ, ਦੇਖੋ ਉੱਥੇ 17% ਵੋਟਾਂ ਲਿੰਗਾਇਤ ਭਾਈਚਾਰੇ ਦੀਆਂ। ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਦੇ ਨਾਲ ਇਸ ਮੁੱਦੇ ਦੇ ਉੱਤੇ ਸਾਂਝ ਪਾਈ ਸੀ ਕਿ ਲਿੰਗਾਇਤ ਭਾਈਚਾਰਾ ਜਿਹੜਾ ਦੋਵਾਂ ਪਾਰਟੀਆਂ ਦੇ ਲਈ ਬੜਾ ਮਹੱਤਵਪੂਰਨ ਹੈ। ਯੇਦੁਰੱਪਾ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵੀ ਨੇ ਤੇ ਮੁੱਖ ਮੰਤਰੀ ਦੇ ਦਾਅਵੇਦਾਰ ਵੀ ਨੇ ਇਸ ਲਿੰਗਾਇਤ ਭਾਈਚਾਰੇ ਚੋਂ। ਹੁਣ ਕਾਂਗਰਸ ਪਾਰਟੀ ਨੂੰ ਲੱਗਦਾ ਸੀ ਕਿ ਕਿਤੇ ਸਾਰਾ ਲਿੰਗਾਇਤ ਭਾਈਚਾਰਾ ਯੇਦੁਰੱਪਾ ਸਾਹਿਬ ਦੇ ਪਿੱਛੇ ਬੀਜੇਪੀ ਨੂੰ ਵੋਟਾਂ ਨਾ ਪਾ ਦੇ, ਤੇ ਉਸੇ ਵੇਲੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਸਿੱਧਰਮਈਆ ਨੇ ਇੱਕ ਮਤਾ ਪਾਸ ਕਰ ਦਿੱਤਾ ਮੰਤਰੀ ਮੰਡਲ ਦੇ ਵਿੱਚੋਂ ਕਿ ਅਸੀਂ ਲਿੰਗਾਇਤ ਭਾਈਚਾਰੇ ਨੂੰ ਇੱਕ ਧਰਮ ਦਾ ਦਰਜਾ ਦੇਣ ਦੇ ਲਈ ਤਿਆਰ ਹਾਂ ਤੇ ਕੇਂਦਰ ਸਰਕਾਰ ਸਾਡੀ ਇਸ ਗੱਲ ਨੂੰ ਪ੍ਰਵਾਨਗੀ ਦੇਵੇ। ਹੁਣ ਜੇ ਤਾਂ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪ੍ਰਵਾਨਗੀ ਦਿੰਦੀ ਹੈ, ਸਿਰਾ ਸਿੱਧਰਮਈਆ ਦੇ ਸਿਰ ਵੱਜਣਾ ਕਿ ਭਾਈ ਇਸ ਮੁੱਖ ਮੰਤਰੀ ਨੇ ਮਤਾ ਪਾਸ ਕੀਤਾ ਤਾਂ ਜਾ ਕੇ ਕੇਂਦਰ ਸਰਕਾਰ ਨੂੰ ਇਹ ਕੰਮ ਕਰਨਾ ਪਿਆ। ਜੇ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਹਨੂੰ ਮਨਜ਼ੂਰੀ ਨਹੀਂ ਦਿੰਦੀ ਤਾਂ ਸਿੱਧਰਮਈਆ ਨੇ ਛੱਜ ਫੜ ਕੇ ਫਿਰ ਸਾਰੇ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਛੱਡਣਾ ਕਿ ਭਾਈ ਆ ਵੇਖ ਲਓ ਤੁਹਾਡਾ ਲਿੰਗਾਇਤ ਭਾਈਚਾਰੇ ਦਾ ਲੀਡਰ ਤੁਹਾਡੇ ਹੱਕ 'ਚ ਨਹੀਂ ਖਲੋ ਸਕਿਆ, ਇਹਨਾਂ ਦੀ ਪਾਰਟੀ ਤੁਹਾਡੇ ਪ੍ਰਤੀ ਕਿੰਨੀ ਮਾੜੀ ਸੋਚ ਰੱਖਦੀ ਹੈ। ਹੁਣ ਇਸਾਂ ਦੀ ਚਰਚਾ ਚੱਲਣ ਲੱਗ ਪਈ, ਪਰ ਕੁੱਲ ਮਿਲਾ ਕੇ ਜਦੋਂ ਇੱਕ ਧਰਮ ਜਾਂ ਇੱਕ ਜਾਤੀ ਵਿਸ਼ੇਸ਼ ਨੂੰ ਸਾਹਮਣੇ ਰੱਖ ਕੇ ਕਿਸੇ ਸੂਬੇ ਦੀ ਵਿਧਾਨ ਸਭਾ ਦੀ ਚੋਣ ਸੁਖਨੈਬ ਜੀ ਲੜੀ ਜਾਂਦੀ ਹੈ ਤਾਂ ਉਹ ਘੱਟੋ ਘੱਟ ਇੰਨੀ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਲੋਕ ਪੱਖੀ ਚੋਣ ਨਹੀਂ ਹੁੰਦੀ। ਹੁਣ ਦੋਵਾਂ ਪਾਰਟੀਆਂ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਵੇਖ ਲਓ। ਸਿੱਧਰਮਈਆ ਸਾਹਿਬ ਪਿਛਲੀ ਵਾਰੀ 2013 ਦੇ ਵਿੱਚ ਮੁੱਖ ਮੰਤਰੀ ਬਣੇ ਆ ਜਿਹਦੀ ਟਰਮ ਪੂਰੀ ਹੋਣ ਲੱਗੀ ਹੈ, ਤੇ ਉਹ ਸਿੱਧਰਮਈਆ ਹੋਰਾਂ ਨੇ ਇੱਕ ਗੱਲ ਦੇ ਉੱਤੇ ਬੀਜੇਪੀ ਨੂੰ ਜਿਹੜਾ ਭਾਜਣਾ ਪਾਈ ਰੱਖੀਆਂ, ਕਿਉਂਕਿ ਬੀਜੇਪੀ ਹਿੰਦੀ ਭਾਸ਼ਾ ਨੂੰ ਪਿਆਰ ਕਰਨ ਵਾਲੀ ਪਾਰਟੀ ਆ ਕਿ ਭਾਈ ਹਿੰਦੀ ਭਾਸ਼ਾ ਸਾਰੇ ਭਾਰਤ ਦੀ ਰਾਸ਼ਟਰੀ ਭਾਸ਼ਾ ਹੋਣੀ ਚਾਹੀਦੀ ਹੈ, ਜਦਕਿ ਦੱਖਣ ਭਾਰਤ ਦੇ ਸੂਬਿਆਂ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਕਿ ਹਿੰਦੀ ਪ੍ਰੇਮ ਬਹੁਤਾ ਨਹੀਂ ਹੈਗਾ, ਉਹ ਆਪੋ ਆਪਣੀਆਂ ਜਿਹੜੀਆਂ ਮਾਤ ਭਾਸ਼ਾਵਾਂ ਨੇ ਉਹਨਾਂ ਨੂੰ ਵੱਧ ਪ੍ਰੇਮ ਕਰਦੇ ਆ। ਇਸ ਕਰਕੇ ਜਿਹੜੇ ਸਿੱਧਰਮਈਆ ਨੇ ਉਹਨਾਂ ਨੇ ਬਾਰ ਬਾਰ ਕੰਨੜ ਭਾਸ਼ਾ ਦਾ ਪੱਤਾ ਵੀ ਉੱਥੇ ਖੇਲਿਆ ਕਿ ਭਾਈ ਮੈਂ ਕੰਨੜ ਭਾਸ਼ਾ ਨੂੰ ਹੀ ਸਭ ਤੋਂ ਉੱਪਰ ਰੱਖਦਾ ਤੇ ਕੰਨੜ ਭਾਸ਼ਾ ਹੀ ਸਾਡੀ ਜਿਹੜੀ ਹਮੇਸ਼ਾ ਭਾਸ਼ਾ ਰਹੇਗੀ। ਇਸ ਗੱਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨਾ ਕਿਤੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ।
ਬੀਤੇ ਕੱਲ ਅਮਿਤ ਸ਼ਾਹ ਨੇ ਆਪਣਾ 3 ਦਿਨ ਦਾ ਦੌਰਾ ਸ਼ੁਰੂ ਕੀਤਾ ਕਰਨਾਟਕ ਦਾ, ਤੇ ਸੁਖਨੈਬ ਜੀ ਲਿੰਗਾਇਤ ਭਾਈਚਾਰੇ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਦੇ ਵਿੱਚ ਉਹਨਾਂ ਨੇ ਮੱਥਾ ਟੇਕ ਕੇ ਕੰਮ ਸ਼ੁਰੂ ਕੀਤਾ। ਰਾਹੁਲ ਗਾਂਧੀ ਹੋਰੀ ਪਿਛਲੇ ਜਿੰਨੇ ਵੀ ਦੌਰੇ ਕੀਤੇ ਨੇ ਕਰਨਾਟਕ ਦੇ, ਲੰਗਾਇਤ ਭਾਈਚਾਰੇ ਦੀ ਬਹੁਲਤਾ ਵਾਲੀ ਜਿੱਧਰ ਖੇਤਰ ਨੇ ਉਧਰਲੇ ਪਾਸੇ ਜਾ ਕੇ ਪ੍ਰਚਾਰ ਕੀਤਾ। ਹੁਣ ਵੇਖਦੇ ਹਾਂ ਕਿ ਮਸਲਾ ਕਿੱਧਰਲੇ ਪਾਸੇ ਨੂੰ ਜਾਂਦਾ, ਪਰ 3 ਸਟਾਰ ਪ੍ਰਚਾਰਕ ਕਰਨਾਟਕ ਦੀ ਜ਼ਿਮਨੀ ਚੋਣ, ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ਾਇਰ ਰਹਿਣਗੇ। ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੂਸਰੇ ਰਾਹੁਲ ਗਾਂਧੀ ਤੇ ਤੀਸਰੇ ਅਮਿਤ ਸ਼ਾਹ। ਚੌਥੇ ਪਾਸੇ ਇੱਕ ਹੋਰ ਗੱਲ ਨਿਰਭਰ ਕਰੇਗੀ ਸੁਖਨੈਬ ਜੀ, ਨਿਰਭਰ ਕਰੇਗੀ ਕਿ ਜਨਤਾ ਦਲ ਸੈਕੂਲਰ ਜਿਹਦੇ ਨੇਤਾ ਨੇ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਦੀ ਪਾਰਟੀ ਨੂੰ ਵੋਟਾਂ ਕਿੰਨੀਆਂ ਪੈਂਦੀਆਂ, ਕਿਉਂਕਿ ਹੁਣ ਤੱਕ ਜਦੋਂ ਦੀ ਉਹਨਾਂ ਨੇ ਪਾਰਟੀ ਬਣਾਈ ਹੈ 11 ਤੋਂ ਲੈ ਕੇ 20% ਤੱਕ ਵੋਟਾਂ ਉਹ ਹਾਸਲ ਕਰਦੇ ਰਹੇ ਨੇ। ਜਦੋਂ ਜਦੋਂ ਵੀ ਕਦੇ ਉਹਨਾਂ ਦੀ ਪਾਰਟੀ ਦੀਆਂ ਵੋਟਾਂ 18% ਤੋਂ ਘਟੀਆਂ, ਰਾਸ਼ਟਰੀ ਪਾਰਟੀਆਂ ਨੂੰ ਬਹੁਤ ਲਾਭ ਹੋਇਆ, ਤੇ ਜਦੋਂ ਕਦੇ 18% ਤੋਂ ਵਧੀਆਂ ਉਦੋਂ ਰਾਸ਼ਟਰੀ ਪੱਧਰ ਦੀਆਂ ਪਾਰਟੀਆਂ ਜਿਹੜੀਆਂ ਉਹਨਾਂ ਦੇ ਸਾਹਮਣੇ ਬਾਉਣੀਆਂ ਹੋਈਆਂ। ਸੋ ਐਤਕੀ ਐਚ ਡੀ ਦੇਵਗੌੜਾ ਕਿੱਧਰਲੇ ਪਾਸੇ ਸਿੱਧਿਆਂ ਜਾਂ ਅਸਿੱਧਿਆਂ ਭੁਗਤਦੇ ਹੈ, ਇਸ ਦੇ ਉੱਤੇ ਵੀ ਬਹੁਤ ਕੁਝ ਨਿਰਭਰ ਕਰੇਗਾ ਕਿ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦਾ ਨਤੀਜਾ ਰਹੇਗਾ ਕੀ। ਪਰ ਸਿਰ ਧੜਦੀ ਬਾਜੀ ਸਿਆਸੀ ਤੌਰ ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੋਵਾਂ ਨੇ ਲਾਤੀ ਹੈ। ਬਿਹਾਰ ਦੇ ਵਿੱਚ ਇੱਕ ਪੱਤਰਕਾਰ ਦਾ ਕਤਲ ਹੋਇਆ ਜੀ, ਔਰ ਉਸ ਤੋਂ ਬਾਅਦ ਹੁਣ ਇਹੋ ਜਿਹੀ ਖਬਰ ਮੱਧ ਪ੍ਰਦੇਸ਼ ਤੋਂ ਵੀ ਹੈ। ਸੁਖਨੈਬ ਜੀ, ਜਦੋਂ ਵੀ ਕਦੇ ਵਿਦੇਸ਼ਾਂ ਦੇ ਵਿੱਚ ਜਾਂ ਭਾਰਤ ਦੇ ਵਿੱਚ ਗੱਲ ਹੁੰਦੀ ਹੈ ਮੀਡੀਆ ਦੀ, ਉਦੋਂ ਵੱਡੀ ਪੱਧਰ ਦੇ ਉੱਤੇ ਸਵਾਲ ਖੜੇ ਹੁੰਦੇ ਆ ਜੀ, ਇੱਕ ਪਾਸੜ ਰੋਲ ਹੈ ਸਰਕਾਰ ਦੇ। ਕਈ ਵਾਰੀ ਇੱਦਾਂ ਵੀ ਕਿਹਾ ਜਾਂਦਾ ਕਿ ਬਾਜੇ ਬਣ ਕੇ ਕੰਮ ਕਰਨਾ ਪੈਂਦਾ ਮੀਡੀਆ ਦਾ ਇੱਕ ਵੱਡਾ ਹਿੱਸਾ, ਉਹ ਸਾਰੀਆਂ ਗੱਲਾਂ ਪ੍ਰਵਾਨ ਨੇ, ਹੈਗਾ ਇੱਦਾਂ। ਸੱਚ ਤੋਂ ਮੂੰਹ ਥੋੜ੍ਹੀ ਮੋੜਿਆ ਜਾ ਸਕਦਾ ਜੇ ਆਪਾਂ ਉਸ ਖੇਤਰ ਦੇ ਵਿੱਚ ਕੰਮ ਕਰਦੇ ਹਾਂ ਤਾਂ, ਜਿਹੜਾ ਸੱਚ ਹੈ ਉਹਨੇ ਸੱਚ ਰਹਿਣਾ। ਪਰ ਦੂਸਰੇ ਪਾਸੇ ਇਹ ਵੀ ਗੱਲ ਨਹੀਂ ਕਿ ਮੀਡੀਆ ਦਾ ਮਤਲਬ ਹੈ ਸਾਰਾ ਮੀਡੀਆ। ਬਹੁਤ ਸਾਰੇ ਲੋਕ ਅਜੇ ਵੀ ਨੇ ਜਿਹੜੇ ਸੱਚ ਦੇ ਉੱਤੇ ਖੜਦੇ ਆ। ਜਦੋਂ ਸਿਰਸਾ ਦੇ ਵਿੱਚ ਰਾਮਚੰਦਰ ਛੱਤਰਪਤੀ ਦਾ ਕਤਲ ਹੋਇਆ, ਉਹਨੂੰ ਕਿਹੜਾ ਪਹਿਲਾਂ ਕਿਸੇ ਨੇ ਲਾਲਚ ਨਹੀਂ ਦਿੱਤੇ ਹੋਣੇ ਕਿ ਭਾਈ ਆਪਣਾ ਮੂੰਹ ਬੰਦ ਰੱਖ ਤੇ ਆਪਣੇ ਪੈਨ ਨੂੰ ਜਿਹੜਾ ਕੈਪ ਪਾ ਕੇ ਰੱਖ, ਲਿਖਣ ਦੀ ਲੋੜ ਨਹੀਂ ਸਾਡੇ ਖਿਲਾਫ ਲਿਖਿਆ ਲਿਖਾਇਆ ਛਾਪ ਜੀ ਜੀ। ਹੁਣ ਉਸ ਬੰਦੇ ਨੂੰ ਕਿਹੜਾ 5 ਰੁਪਈਆਂ ਦੀ ਮਾੜੀ ਲੱਗਦੀ ਹੋਣੀ ਹੈ। ਗੁਰਮੀਤ ਰਾਮ ਰਹੀਮ ਤਾਂ ਵੈਸੇ ਮੰਨਿਆ ਸੀ ਕਿ ਭਾਈ ਜਿਹੜੇ ਬੰਦੇ ਦਾ ਮੂੰਹ ਬੰਦ ਕਰਨਾ ਹੁੰਦਾ ਵੱਡੇ ਨੋਟਾਂ ਦੇ ਨਾਲ ਮੂੰਹ ਬੰਦ ਕਰਦਾ, ਤੇ ਉਸ ਬੰਦੇ ਨੇ ਆਪਣੀ ਕਲਮ ਦੀ ਜਿਹੜੀ ਹੈ ਉਹ ਨੋਕ ਕਦੇ ਵੀ ਜਿਹੜੀ ਹੈ ਉਹ ਖੁੱਲ੍ਹੀ ਨਹੀਂ ਸੀ ਹੋਣ ਦਿੱਤੀ। ਸਿੱਧੇ ਤੌਰ ਦੇ ਉੱਤੇ ਕੰਮ ਉਹ ਕਰਦਾ ਰਿਹਾ, ਭਾਵੇਂ ਜਾਨ ਦੇ ਕੇ ਕੀਮਤ ਚੁਕਾਉਣੀ ਪਈ। ਅੱਜ ਦੇਖੋ ਕਿੱਡਾ ਵੱਡਾ ਪਰਦਾਫਾਸ਼ ਕੀਤਾ, ਉਸ ਬੰਦੇ ਦਾ ਯੋਗਦਾਨ ਵੀ ਹੈਗਾ। ਦੂਸਰੇ ਪਾਸੇ ਆ ਪਿਛਲੇ ਦਿਨਾਂ ਦੇ ਵਿੱਚ ਬੀਬੀ ਗੌਰੀ ਲੰਕੇਸ਼ ਦਾ ਕਤਲ ਹੋਇਆ। ਬੀਬੀ ਗੌਰੀ ਲੰਕੇਸ਼ ਦੀਆਂ ਭਾਵੇਂ ਲਿਖਤਾਂ ਪਹਿਲਾਂ ਬਹੁਤੀਆਂ ਖੇਤਰੀ ਭਾਸ਼ਾਵਾਂ ਦੇ ਵਿੱਚ ਟ੍ਰਾਂਸਲੇਟ ਹੋ ਕੇ ਨਹੀਂ ਸੀ ਸਾਡੇ ਕੋਲ ਪਹੁੰਚੀਆਂ, ਪਰ ਜਦੋਂ ਉਸ ਬੀਬੀ ਦਾ ਕਤਲ ਕਰ ਦਿੱਤਾ ਗਿਆ, ਉਹਦੇ ਉਤਪਾਦ ਉਹਦੇ ਬਹੁਤ ਸਾਰੇ ਆਰਟੀਕਲ, ਬਹੁਤ ਸਾਰੇ ਸੰਪਾਦਕੀ ਜਿਹੜੇ ਨੇ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਏ, ਟ੍ਰਾਂਸਲੇਟ ਹੋਏ, ਤੇ ਲੋਕਾਂ ਨੇ ਵੇਖਿਆ ਕਿ ਵਾਹ ਵੀ ਵਾਹ, ਏਡੀ ਕਮਾਲ ਦੀ ਬੇਵਾਕ ਲਿਖਣੀ ਵਾਲੀ ਬੀਬੀ ਜਿਹੜੀ ਭਾਰਤ ਵਿੱਚ ਪੱਤਰਕਾਰ ਸੀ, ਸਾਨੂੰ ਪਤਾ ਨਾ ਲੱਗਿਆ। ਉਸ ਬੀਬੀ ਨੂੰ ਕਿਹੜਾ ਕਿਸੇ ਨੇ ਲਾਲਚ ਨਹੀਂ ਦਿੱਤਾ ਹੋਣਾ ਜਾਂ ਧਮਕੀਆਂ ਨਹੀਂ ਦਿੱਤੀਆਂ ਹੋਣੀਆਂ। ਬੀਬੀ ਦੀ ਜਾਨ ਚਲੀ ਗਈ, ਪਰ ਉਹਨੇ ਆਖਰੀ ਸਾਹ ਤੱਕ ਲਿਖਣਾ ਥੋੜ੍ਹੀ ਛੱਡ ਦਿੱਤਾ ਸੀ। ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਪੱਤਰਕਾਰ ਨੂੰ ਘਰ ਜਾ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ, ਜਿਉਂਦਿਆਂ ਕਤਲ ਕਰਤਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਹੀ। ਇਹਦੇ ਤੋਂ ਇਲਾਵਾ ਹੋਰ ਬਥੇਰੇ ਪੱਤਰਕਾਰਾਂ ਦੇ ਉੱਤੇ ਹਮਲੇ ਵੀ ਹੁੰਦੇ ਰਹੇ ਹੈ, ਤੇ ਹੋਰ ਬਹੁਤ ਕੁਝ ਹੁੰਦਾ ਰਿਹਾ। ਆ ਬੀਬੀ ਜਲੰਧਰ ਵਾਲੀ ਜਿਹਨਾਂ ਨੇ ਆਧਾਰ ਦਾ ਡਾਟਾ ਜਿਹੜਾ ਲੀਕ ਹੋਣ ਜਾਂ ਉਹਨੂੰ ਵੇਚੇ ਜਾਣ ਦੇ ਜਿਹੜੇ ਮਸਲੇ ਨੂੰ ਸਾਹਮਣੇ ਲਿਆਂਦਾ ਸੀ, ਦਿੱਲੀ ਦੇ ਵਿੱਚ ਕੇਸ ਹੈ, ਉਹ ਕਿਹੜਾ ਇੰਨੀ ਛੇਤੀ ਮੁੱਕ ਜਾਣਾ? ਪਤਾ ਨਹੀਂ ਕਿੰਨੀਆਂ ਕੁ ਤਰੀਕਾਂ ਦੇ ਉੱਤੇ ਬੀਬੀ ਨੂੰ ਜਾਣਾ ਪਊਗਾ। ਬਥੇਰੇ ਲੋਕ ਨੇ ਜਿਹੜੇ ਅੱਜ ਤੱਕ ਵੀ ਸੱਚ ਦੇ ਉੱਤੇ ਪਹਿਰਾ ਦੇਣ ਦਾ ਯਤਨ ਜਿਹੜਾ ਉਹ ਲਗਾਤਾਰ ਕਰੀ ਜਾਂਦੇ ਨੇ, ਪਰ ਦੂਜੇ ਪਾਸੇ ਕਾਫਲਾ ਸ਼ਾਇਦ ਉਹਨਾਂ ਦਾ ਵੱਡਾ, ਜਿਹੜੇ ਆਪਣੇ ਆਪ ਨੂੰ ਉਸ ਜਿਹੜੀ ਹੈ ਇੱਕ ਕੰਡੇ ਦੇ ਵਿੱਚ, ਉਸ ਤੱਕੜੀ ਦੇ ਵਿੱਚ ਛੇਤੀ ਤੋਲ ਦਿੰਦੇ ਆ ਜਿੱਥੇ ਭਾਅ ਉਹਨਾਂ ਦਾ ਲਾ ਦਿੱਤਾ ਜਾਂਦਾ। ਪਰ ਹੁਣ ਜਿਹੜੀਆਂ ਦੋ ਘਟਨਾਵਾਂ ਘਟੀਆਂ, ਉਹਨਾਂ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਆ। ਸੁਖਨੈਬ ਜੀ, ਤੁਸੀਂ ਬਿਹਾਰ ਦਾ ਜ਼ਿਕਰ ਕੀਤਾ ਕਿ ਕਿਵੇਂ ਉੱਥੇ ਇੱਕ ਪਿੰਡ ਦੇ ਸਾਬਕਾ ਸਰਪੰਚ ਤੇ ਜਾਂ ਸਾਬਕਾ ਪ੍ਰਧਾਨ ਦੇ ਉੱਤੇ ਦੋਸ਼ ਲੱਗਾ ਕਿ ਉਹਨੇ ਆਪਣੀ ਗੱਡੀ ਥੱਲੇ ਦਰੜ ਕੇ ਪੱਤਰਕਾਰ ਦਾ ਕਤਲ ਕਰ ਦਿੱਤਾ, ਨਵੀਨ ਨਿਸ਼ਚਲ ਤੇ ਵਿਜੇ ਸਿੰਘ ਦਾ। ਹੁਣ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀ ਆਪਸ ਵਿੱਚ ਡਾਂਗ ਵੀ ਖੜਕ ਰਹੀ ਸੀ, ਪੱਤਰਕਾਰ ਆਪਣਾ ਕੰਮ ਕਰਦਾ ਸੀ ਤੇ ਦੂਜਾ 2-2.5 ਨੰਬਰ ਦਾ ਆਪਣਾ ਕੰਮ ਕਰੀ ਜਾਂਦਾ ਸੀ। ਹੁਣ ਪਰਚਾ ਜਿਹੜਾ ਉਹਦੇ ਉੱਤੇ ਦਰਜ ਹੋ ਗਿਆ, ਪੋਏ ਪੁੱਤ ਜਿਹੜੇ ਹੈ ਦੋਵੇਂ ਫਰਾਰ ਨੇ। ਦੂਸਰੇ ਪਾਸੇ ਮੱਧ ਪ੍ਰਦੇਸ਼ ਦੀ ਘਟਨਾ ਨੇ ਬਹੁਤ ਜ਼ਿਆਦਾ ਸਵਾਲ ਖੜੇ ਕੀਤੇ ਆ। ਸੁਖਨੈਬ ਜੀ, ਮੱਧ ਪ੍ਰਦੇਸ਼ ਦੇ ਪਿੰਡ ਦੇ ਵਿੱਚ ਇੱਕ ਪੱਤਰਕਾਰ ਸੰਦੀਪ ਸ਼ਰਮਾ ਦਾ ਕਥਿਤ ਤੌਰ ਤੇ ਕਤਲ ਹੋਇਆ। ਹਾਲਾਂਕਿ ਜਿਸ ਟਰੱਕ ਦੇ ਹੇਠਾਂ ਦੇ ਕੇ ਸੰਦੀਪ ਕੁਮਾਰ ਨੂੰ ਕੁਚਲਿਆ ਗਿਆ, ਜਿਹਦੇ ਹੇਠਾਂ ਦੇ ਕੇ ਉਹਦੀ ਮੌਤ ਜਿਹੜੀ ਕੀਤੀ ਗਈ ਹੈ, ਉਹਦੇ ਟਰੱਕ ਡਰਾਈਵਰ ਨੂੰ ਫੜ ਲਿਆ ਗਿਆ ਤੇ ਉਹ ਕਹਿੰਦਾ ਮੈਂ ਤੇ ਇੱਕ ਔਰਤ ਨੂੰ ਬਚਾਉਂਦਾ ਬਚਾਉਂਦਾ ਟਰੱਕ ਉਹਦੇ ਤੇ ਚੜਾ ਬੈਠਾ, ਮੇਰੀ ਮਨਸ਼ਾ ਇਦਾਂ ਦੀ ਹੈ ਹੀ ਕੋਈ ਨਹੀਂ ਸੀ।
ਪਰ ਮੱਧ ਪ੍ਰਦੇਸ਼ ਦੇ ਵਿੱਚ ਕਿਹੜਾ ਬੰਦਾ ਨਹੀਂ ਜਾਣਦਾ ਕਿ ਥੋੜਾ ਸਮਾਂ ਪਹਿਲਾਂ ਇਸੇ ਸੰਦੀਪ ਸ਼ਰਮਾ ਨੇ ਇੱਕ ਸਟੋਰੀ ਕੀਤੀ ਸੀ ਰੇਤ ਮਾਫੀਆ ਤੇ, ਕਿ ਕਿਵੇਂ ਪ੍ਰਸ਼ਾਸਨ ਤੇ ਰੇਤ ਮਾਫੀਆ ਆਪਸ ਵਿੱਚ ਲੜਿਆ ਹੋਇਆ, ਨਜਾਇਜ਼ ਮਾਈਨਿੰਗ ਕਰਦੇ ਆ ਤੇ ਠੋਕ ਵਜਾ ਕੇ ਪੈਸੇ ਕਮਾਈ ਜਾਂਦੇ ਆ, ਲੋਕਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ, ਸਰਕਾਰ ਨੂੰ ਚੂਨਾ ਲਾਈ ਜਾਂਦੇ ਆ। ਉਹਦੇ ਤੋਂ ਬਾਅਦ ਉਹਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਦੀ ਮੈਂ ਸਟੋਰੀ ਪ੍ਰਕਾਸ਼ਿਤ ਕੀਤੀ ਹੈ ਮੈਂ ਅੱਗੇ ਇਸ ਮੁੱਦੇ ਤੇ ਕੰਮ ਕਰ ਰਿਹਾ, ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਕੁਝ ਕਰੋ। ਪੁਲਿਸ ਵਾਲੇ ਨੇ ਆਪਣਾ ਕੰਮ ਕੀਤਾ, ਸ਼ਿਕਾਇਤ ਲੈ ਕੇ ਰੱਖ ਲਈ ਫਾਈਲ 'ਚ, ਤੇ ਉਹਦੇ ਤੋਂ ਬਾਅਦ ਹੁਣ ਟਰੱਕ ਠਾ ਕੇ ਸੰਦੀਪ ਸ਼ਰਮਾ ਦੀ ਮੌਤ ਹੋ ਗਈ ਹੈ ਜਾਂ ਕਤਲ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ਵਾਲੇ, ਉਹ ਕਹਿੰਦੇ ਕਿ ਕੋਈ ਗੱਲ ਨੀ ਘਬਰਾਓ ਨਾ ਪੱਤਰਕਾਰ ਸਾਥੀ, ਉਹ ਜਿਹੜੇ ਲੋਕ ਵੀ ਉਹਦੇ ਹੱਕ 'ਚ ਖੜੇ ਹੋਏ ਸੀ ਉਹਨਾਂ ਨੂੰ ਕਿਹਾ ਘਬਰਾਓ ਨਾ, ਅਸੀਂ ਸੂਬਾ ਪੱਧਰ ਦੇ ਉੱਤੇ ਨਿਰਪੱਖ ਜਾਂਚ ਕਰਕੇ ਜਿਹੜਾ ਵੀ ਬੰਦਾ ਕਥਿਤ ਤੌਰ ਦੇ ਉੱਤੇ ਦੋਸ਼ੀ ਹੋਇਆ ਉਹਨੂੰ ਸਖ਼ਤ ਸਜ਼ਾ ਦੇਣੀ ਹੈ। ਪਰ ਜਦੋਂ ਪ੍ਰੈਸ਼ਰ ਬਹੁਤ ਜ਼ਿਆਦਾ ਬਣਿਆ ਤਾਂ 24 ਘੰਟਿਆਂ ਦੇ ਵਿੱਚ ਸ਼ਿਵਰਾਜ ਸਿੰਘ ਚੌਹਾਨ ਨੇ CBI ਜਾਂਚ ਦਾ ਹੁਕਮ ਦੇ ਦਿੱਤਾ। ਹੁਣ ਜੇ ਸਧਾਰਨ ਐਕਸੀਡੈਂਟ ਹੋਵੇ ਸੁਖਨੈਬ ਜੀ, CBI ਜਾਂਚ ਦਾ ਹੁਕਮ ਨਹੀਂ ਦਿੱਤਾ ਜਾਂਦਾ। ਇਹਦਾ ਮਤਲਬ ਕੀ ਹੋਇਆ ਕਿ ਭਾਵੇਂ ਪੰਜਾਬ ਹੈ, ਭਾਵੇਂ ਹਰਿਆਣਾ ਤੇ ਭਾਵੇਂ ਮੱਧ ਪ੍ਰਦੇਸ਼ ਤੇ ਭਾਵੇਂ ਬਿਹਾਰ ਹੈ, ਸੁਖਨੈਬ ਜੀ, ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਬੰਦਾ ਸੱਚ ਬੋਲਦਾ, ਸੱਚ ਲਿਖਦਾ ਜਾਂ ਸੱਚ ਵਿਖਾਉਂਦਾ, ਮੀਡੀਆ ਦੇ ਜਿਹੜੇ ਵੀ ਹਿੱਸੇ ਨੇ, ਉਹ ਬਹੁਤ ਜ਼ਿਆਦਾ ਔਖਾ ਹੋ ਗਿਆ। ਤੇ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਵੀ ਇਸ ਵੇਲੇ ਸੱਚ ਕਹਿਣ ਬੋਲਣ ਤੇ ਵਿਖਾਉਣ ਵਾਲਿਆਂ ਦੇ ਹੱਕ ਦੇ ਵਿੱਚ ਫਿਰ ਮੁੜ ਕੇ ਨਹੀਂ ਖੜਦੇ ਕਿ ਭਾਈ ਉਹ ਦੇਖੋ ਕਿੱਡੇ ਵੱਡੇ ਬੰਦੇ ਨੇ ਜਿਨ੍ਹਾਂ ਨੇ ਇੱਕ ਪੱਤਰਕਾਰ ਨੇ ਛੱਡਿਆ, ਸਾਨੂੰ ਕਿਤੇ ਛੱਡਣਗੇ। ਪਰ ਕੁੱਲ ਮਿਲਾ ਕੇ ਇੰਨੀ ਗੱਲ ਸਪਸ਼ਟ ਹੋ ਗਈ ਹੈ ਕਿ ਭਾਵੇਂ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਅੱਜ ਵੀ ਭਾਰਤ ਦੇਸ਼ ਦੇ ਅੰਦਰ ਇੱਕ ਪਾਸੇ ਰੋਲ ਪਲੇ ਕਰਦਾ ਹੋਏਗਾ, ਪਰ ਸੱਚ ਦੇ ਪਹਿਰੇ ਦੇ ਉੱਤੇ ਚੱਲਣ ਵਾਲੇ ਲੋਕਾਂ ਦੀ ਵੀ ਕਮੀ ਕੋਈ ਨਹੀਂ ਜੀ। ਤੇ ਵਟਸਐਪ, ਅਗਲੀ ਗੱਲ, ਪੰਜਾਬ ਦੇ ਵਿੱਚ ਹੋਣਗੇ ਜੀ ਵਿਦਿਆਰਥੀ ਚੋਣਾਂ, ਖਤਰਾ ਵੀ ਹੋ ਸਕਦਾ ਹੈ ਜੇ ਸਿਰ ਪਾੜਨ ਦਾ ਜਾਂ ਸਰਜੂ? ਸੁਖਨੈਬ ਜੀ, ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਇਸ ਐਲਾਨ ਤੋਂ ਬਾਅਦ ਖੜੇ ਹੋਏ ਆ। ਦੇਖੋ, ਪਹਿਲੀ ਗੱਲ ਇਹ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਦੋਂ ਕੌਫੀ ਵਿਦ ਕੈਪਟਨ ਜਾਂ ਪੰਜਾਬ ਦੀ ਕੈਪਟਨ ਪ੍ਰੋਗਰਾਮ ਕਰਦੇ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੇ ਦੌਰਾਨ, ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਵਜੋਂ ਤੇ ਭਵਿੱਖੀ ਮੁੱਖ ਮੰਤਰੀ ਵਜੋਂ, ਉਸ ਵੇਲੇ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਜੇ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ, ਮੈਂ ਬਣ ਗਿਆ ਮੁੱਖ ਮੰਤਰੀ, ਤਾਂ ਪੰਜਾਬ ਦੇ ਉਹ ਗੱਭਰੂਓ, ਪੰਜਾਬ ਦੀ ਉਹ ਮੁਟਿਆਰੋ, ਪੰਜਾਬ ਦੇ ਪਾੜੂਓ, ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ ਕਿ ਵਿਦਿਆਰਥੀ ਚੋਣਾਂ ਪੰਜਾਬ ਦੀਆਂ ਯੂਨੀਵਰਸਿਟੀਜ਼ ਤੇ ਕਾਲਜਸ ਦੇ ਵਿੱਚ ਦੁਬਾਰਾ ਸ਼ੁਰੂ ਕਰੋ। ਹੁਣ ਸਾਲ ਬੀਤ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਦਾ ਵਾਅਦਾ ਵਫਾ ਨਹੀਂ ਸੀ ਹੋਇਆ ਤੇ ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ ਸੀ, ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਗਏ ਸੀ ਕਿ ਵਿਦਿਆਰਥੀ ਚੋਣਾਂ ਦੀ ਗੱਲ ਤੁਸੀਂ ਆਖੀ ਪੂਰੀ ਨਹੀਂ ਹੋਈ। ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਸੀ ਵਾਅਦਾ ਕੀਤਾ ਗਿਆ, ਪੰਜਾਬ ਦੀਆਂ ਹੋਰ ਵੀ ਕਈ ਸਿਆਸੀ ਪਾਰਟੀਆਂ ਨੇ ਵੱਖ ਵੱਖ ਚੋਣਾਂ ਦੇ ਸਮੇਂ ਪੰਜਾਬ ਦੀ ਵਿਦਿਆਰਥੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੀਆਂ ਵਿਦਿਆਰਥੀ ਚੋਣਾਂ ਸਟੂਡੈਂਟ ਕੌਂਸਲ ਇਲੈਕਸ਼ਨ ਕਰਵਾਇਆ ਕਰਾਂਗੇ, ਪਰ ਕਰਵਾਈ ਕਿਸੇ ਨੇ ਨਹੀਂ। ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਗੱਲ ਬਜਟ ਸੈਸ਼ਨ ਦੇ ਦੌਰਾਨ ਸਪਸ਼ਟ ਕਰ ਦਿੱਤੀ ਕਿ ਪੰਜਾਬ ਦੀ ਸਰਕਾਰ ਅਗਲੇ ਸੈਸ਼ਨ ਤੋਂ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟ ਕੌਂਸਲ ਦੀ ਇਲੈਕਸ਼ਨ ਕਰਾਇਆ ਕਰੇਗੀ। ਦੂਸਰੀ ਗੱਲ, ਇੱਥੇ ਇੱਕ ਚੇਤੇ ਰੱਖਣ ਵਾਲੀ ਗੱਲ ਹੈ ਕਿ ਕਪਤਾਨ ਸਾਹਿਬ ਦਾ ਜਦੋਂ ਆਪਾਂ ਇੱਕ ਸਾਲ ਦੇ ਕਾਰਜਕਾਲ ਦਾ ਪਰਖ ਪੜਚੋਲ ਵਾਲਾ ਪ੍ਰੋਸੀਜਰ ਜਿਹਾ ਆਰੰਭਿਆ ਸੀ, ਉਦੋਂ ਸੁਖਨੈਬ ਜੀ ਆਪਾਂ ਇੱਕ ਗੱਲ ਕਹੀ ਸੀ ਕਿ ਬਹੁਤੇ ਵਾਅਦੇ ਕਪਤਾਨ ਸਾਹਿਬ ਨੇ ਉਹ ਪੂਰੇ ਕੀਤੇ ਆ ਜਿਨ੍ਹਾਂ ਦੇ ਉੱਤੇ ਰੋਕੜਾ ਨਹੀਂ ਲੱਗਣਾ, ਪੈਸਾ ਧੇਲਾ ਨਹੀਂ ਖਰਚ ਹੋਣਾ, ਭਾਵੇਂ ਉਹ ਲਾਲ ਬੱਤੀ ਵਾਲਾ ਕਹਿ ਲਓ ਤੇ ਭਾਵੇਂ ਕੋਈ ਹੋਰ ਕਹਿ ਲਓ। ਦੂਸਰੇ ਪਾਸੇ ਐਤਕੀ ਵੀ ਜਿਹੜੇ ਨੌਜਵਾਨਾਂ ਦੇ ਨਾਲ ਵਾਅਦੇ ਕੀਤੇ ਆ ਉਹਨਾਂ ਦੇ ਵਿੱਚੋਂ ਵੀ ਸਮਾਰਟਫੋਨ ਦੇਣੇ ਸੀ, ਪੈਸੇ ਧੇਲੇ ਲੱਗਣੇ ਆ, ਨਹੀਂ ਦਿੱਤੇ ਜਾ ਸਕੇ। ਇਹਦੇ ਤੋਂ ਇਲਾਵਾ 2500 ਰੁਪਇਆ ਪ੍ਰਤੀ ਮਹੀਨਾ ਪ੍ਰਤੀ ਬੇਰੁਜ਼ਗਾਰ ਬੇਰੁਜ਼ਗਾਰੀ ਭੱਤਾ ਦੇਣਾ, ਪੈਸੇ ਲੱਗਣੇ ਆ, ਅਜੇ ਨਹੀਂ ਦੇਣਾ ਸ਼ੁਰੂ ਕੀਤਾ। ਘਰ ਘਰ ਨੌਕਰੀ ਦੇਣੀ ਹੈ, ਅਜੇ ਨਹੀਂ ਦੇਣੀ ਸ਼ੁਰੂ ਕੀਤੀ, ਤਨਖਾਹਾਂ ਦੇਣੀਆਂ ਪੈਣੀਆਂ। ਹਰ ਸਰਕਾਰੀ ਵਿਭਾਗ ਦੇ ਵਿੱਚ ਜਿੰਨੀਆਂ ਅਸਾਮੀਆਂ ਖਾਲੀ ਪਈਆਂ ਉਹ ਭਰਨ ਦਾ ਯਤਨ ਇਹਨਾਂ ਨੇ ਕਰਨਾ ਸੀ, ਉਹ ਅਜੇ ਤੱਕ ਨਹੀਂ ਕੀਤਾ ਕਿਉਂਕਿ ਤਨਖਾਹਾਂ ਦੇਣੀਆਂ ਪੈਣੀਆਂ। ਹਾਂ, ਵਿਦਿਆਰਥੀ ਚੋਣਾਂ ਕਰਾਉਣੀਆਂ, ਕਿੰਨੇ ਕਾਲਜ ਨੇ ਕਿਤੇ ਪੰਜਾਬ 'ਚ, ਕਿੰਨੀਆਂ ਯੂਨੀਵਰਸਿਟੀਆਂ, ਕਿੰਨਾ ਕਿਤੇ ਖਰਚਾ ਆ ਜਾਣਾ, ਪਰ ਘੱਟੋ ਘੱਟ ਜੇ ਵਿਦਿਆਰਥੀ ਚੋਣਾਂ ਕਰਾ ਦਿੱਤੀਆਂ ਜਾਣਗੀਆਂ, ਕਪਤਾਨ ਸਾਹਿਬ ਕਹਿੰਦੇ ਹੋਣਗੇ ਘੱਟੋ ਘੱਟ ਇੱਕ ਵਾਅਦਾ ਤਾਂ ਹੋਏਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਪਾਂ ਛਾਤੀ ਤੇ ਹੱਥ ਮਾਰ ਕੇ ਕਹਿ ਸਕਾਂਗੇ ਕਿ ਵੇਖਿਆ ਪੂਰਾ ਕਰ ਦਿੱਤਾ, 3-4 ਸਾਲ ਹੋਰ ਨੇ ਅਜੇ ਬਾਕੀ ਵੀ ਪੂਰੇ ਕਰਨੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਵਿਦਿਆਰਥੀ ਚੋਣਾਂ ਜਿਹੜੀਆਂ ਕਿ ਪੰਜਾਬ ਦੇ ਅਸ਼ਾਂਤ ਸਮੇਂ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਸੀ, ਹੁਣ 25-30 ਸਾਲਾਂ ਦੇ ਬਾਅਦ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ, ਵਿਦਿਆਰਥੀ ਜਥੇਬੰਦੀਆਂ ਦੀ ਲੰਬੇ ਸਮੇਂ ਤੋਂ ਮੰਗ ਜਿਹੜੀ ਪੂਰੀ ਕੀਤੀ ਜਾ ਰਹੀ ਹੈ, ਇਹਦਾ ਫਿੱਟਾ ਕੀ ਨਿਕਲੇਗਾ? ਦੇਖੋ, ਆਪਣੇ ਕੋਲ ਸਾਰੇ ਪੰਜਾਬ ਦੇ ਵਿੱਚ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਕਾਲਜਾਂ ਨੂੰ ਛੱਡ ਕੇ ਕਿਤੇ ਇਲੈਕਸ਼ਨ ਨਹੀਂ ਸੀ ਹੁੰਦੀ। ਸੁਖਨੈਬ ਜੀ, ਮੇਰਾ ਨਿੱਜੀ ਤੌਰ ਤੇ ਉੱਥੇ ਸਟੱਡੀ ਕਰਦੇ ਦਾ, ਪੜ੍ਹਾਈ ਕਰਦੇ ਦਾ ਤਜਰਬਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ, ਕਿ ਉਸ ਯੂਨੀਵਰਸਿਟੀ ਦੇ ਵਿੱਚ ਜਦੋਂ ਵੀ ਸਟੂਡੈਂਟ ਕੌਂਸਲ ਦੀ ਇਲੈਕਸ਼ਨ ਹੁੰਦੀ ਹੈ,
ਹਾਲਾਂਕਿ ਚੰਗੇ ਲੀਡਰ ਉੱਥੋਂ ਨਿਕਲੇ ਨੇ, ਪਨਪੇ ਨੇ, ਪੈਦਾ ਹੋਏ ਨੇ, ਵਿਕਸਿਤ ਹੋਏ ਨੇ, ਡਿਵੈਲਪ ਹੋਏ ਨੇ, ਕੋਈ ਸ਼ੱਕ ਨਹੀਂ। ਪਰ ਹੁਣ ਪਿਛਲੇ ਕੁਝ ਇੱਕ ਵਰਿਆਂ ਤੋਂ ਸਿਰ ਜ਼ਰੂਰ ਪਾਟਦੇ ਆ। ਹੁਣ ਪਿਛਲੇ ਕੁਝ ਇੱਕ ਵਰਿਆਂ ਤੋਂ ਪੁਲਿਸ ਨੂੰ ਰੇਡ ਕਰਨੀ ਪੈਂਦੀ ਹੈ ਕਿ ਭਾਈ ਜਿਹੜੇ ਹੋਸਟਲ ਨੇ ਉਹਨਾਂ ਦੇ ਵਿੱਚ ਆਊਟਸਾਈਡਰ ਤਾਂ ਨਹੀਂ ਬਹੁਤੇ ਆਇਓ। ਪਰਚੇ ਦਰਜ ਹੁੰਦੇ ਆ ਇੱਥੋਂ ਤੱਕ ਕਿ ਵਿਦਿਆਰਥੀ ਲੀਡਰਾਂ ਨੂੰ ਜੇਲ੍ਹਾਂ ਤੱਕ ਹੁੰਦੀਆਂ। ਜੇ ਤਾਂ ਕਪਤਾਨ ਸਾਹਿਬ ਦੇ ਇਸ ਫੈਸਲੇ ਤੋਂ ਬਾਅਦ ਉਦਾਂ ਦੀ ਪ੍ਰਕਿਰਿਆ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਚੱਲੇਗੀ, ਮਾੜਾ ਹੋਜੂ। ਪਰ ਦੂਸਰੇ ਪਾਸੇ ਜਦੋਂ ਅਸੀਂ ਇਹ ਰੌਲਾ ਪਾਉਂਦੇ ਹਾਂ ਨਾ ਕਿ ਪੰਜਾਬ ਦੇ ਕੁਝ ਇੱਕ ਖਾਨਦਾਨ ਹੀ ਸਿਆਸੀ ਤੌਰ ਦੇ ਉੱਤੇ ਅੱਗੇ ਵਧਦੇ ਆ, ਉਹਨਾਂ ਦੇ ਬੱਚੇ, ਉਹਨਾਂ ਦੇ ਪੁੱਤ, ਉਹਨਾਂ ਦੇ ਪੋਤਰੇ, ਉਹਨਾਂ ਦੇ ਦੋਹਤੇ ਹੀ ਅੱਗੇ ਜਾਈ ਜਾਂਦੇ ਆ, ਸਧਾਰਨ ਲੋਕਾਂ ਨੂੰ ਮੌਕਾ ਨਹੀਂ ਮਿਲਦਾ ਲੀਡਰਸ਼ਿਪ ਕਰਨ ਦਾ। ਘੱਟੋ ਘੱਟ ਵਿਦਿਆਰਥੀ ਚੋਣਾਂ ਦੇ ਬਾਬਤ ਕੁਝ ਇੱਕ ਲੋਕਾਂ ਦਾ ਪੱਖ ਇਹ ਜ਼ਰੂਰ ਹੈਗਾ ਕਿ ਹੁਣ ਜੇ ਵਿਦਿਆਰਥੀ ਚੋਣਾਂ ਹੋਣਗੀਆਂ ਤਾਂ ਸਧਾਰਨ ਪਰਿਵਾਰਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਲੋਕਤੰਤਰੀ ਪ੍ਰਕਿਰਿਆ ਦੇ ਵਿੱਚ ਵਿਚਰਨ ਦਾ ਇੱਕ ਮੌਕਾ ਮਿਲੇਗਾ। ਉਹਨਾਂ ਦੇ ਆਪਣੇ ਜਿਹੜੇ ਇੱਕ ਲੀਡਰ ਦੇ ਗੁਣ ਨੇ ਉਹਨਾਂ ਦੀ ਡਿਵੈਲਪਮੈਂਟ ਹੋਏਗੀ ਤੇ ਹੋ ਸਕਦਾ ਕਿ ਭੜਕ ਨੂੰ ਉਹ ਪੰਜਾਬ ਦੀ ਸਿਆਸਤ ਵਿੱਚ ਇੱਕ ਬਹੁਤ ਵੱਡਾ ਕਿਰਦਾਰ ਬਣ ਜਾਣ। ਦੂਸਰੇ ਪਾਸੇ ਅੱਜ ਪੰਜਾਬ ਦੇ ਵਿਦਿਆਰਥੀਆਂ ਦੇ ਮੁੱਦੇ ਮਨਫੀ ਨੇ। ਕਿਸੇ ਸਿਆਸੀ ਲੀਡਰ ਨੂੰ ਲੱਗੇ ਕਿ ਉਹਨੂੰ ਵਿਦਿਆਰਥੀਆਂ ਦੇ ਮੁੱਦੇ ਕੈਸ਼ ਕਰਨੇ ਚਾਹੀਦੇ ਤਾਂ ਅਗਲਾ ਕਰ ਲੈਂਦਾ। ਜੇ ਕਿਸੇ ਨੂੰ ਲੱਗੇ ਕਿ ਭਾਈ ਕੈਸ਼ ਨਹੀਂ ਕਰਨੇ ਚਾਹੀਦੇ ਉਹ ਕਹਿੰਦਾ ਛੱਡੋ ਪਰਾਂ, ਆਪਾਂ ਵਿਦਿਆਰਥੀਆਂ ਦੇ ਮੁੱਦਿਆਂ ਤੋਂ ਲੈਣਾ ਕੀ ਹੈ। ਜੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੇ ਪੰਜਾਬ ਦੇ ਕਾਲਜਾਂ ਦੇ ਵਿੱਚ ਵਿਦਿਆਰਥੀ ਆਪਣੇ ਹਿਸਾਬ ਦੇ ਨਾਲ ਵਿਦਿਆਰਥੀ ਲੀਡਰ ਚੁਣਨਗੇ ਤਾਂ ਫਿਰ ਉਹ ਭਲਕ ਨੂੰ ਇੱਕ ਪ੍ਰਤੀਨਿਧ ਦੇ ਤੌਰ ਦੇ ਉੱਤੇ ਸਰਕਾਰਾਂ ਨੂੰ ਵੀ ਪੁੱਛਣਗੇ ਤੇ ਵਿਰੋਧੀ ਧਿਰਾਂ ਨੂੰ ਵੀ ਪੁੱਛਣਗੇ ਕਿ ਤੁਸੀਂ ਸਾਡੇ ਬਾਬਤ ਕੀਤਾ ਕੀ। ਭਾਈ ਕਿਤੇ ਨਾ ਕਿਤੇ ਵਿਦਿਆਰਥੀਆਂ ਦੇ ਮੁੱਦੇ ਉਭਰਨ ਦੇ ਅਸਰ ਬਣ ਸਕਦੇ ਆ। ਪਰ ਤੀਸਰੇ ਪਾਸੇ ਜੇ ਆਪਾਂ ਸਿੱਕੇ ਦਾ ਦੂਜਾ ਪਾਸਾ ਵੇਖਣਾ ਹੋਵੇ, ਜਿਵੇਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜ਼ਿਕਰ ਕੀਤਾ ਕਿ ਉੱਥੇ ਵੀ ਪਿਛਲੀਆਂ ਕਈ ਚੋਣਾਂ ਦੇ ਵਿੱਚ ਕਦੇ ਬਹੁਤੀ ਤੇ ਕਦੇ ਥੋੜੀ ਲੜਾਈ ਹੁੰਦੀ ਹੈ, ਪਰਚੇ ਘੱਟ ਹੁੰਦੇ, ਲੋਕਾਂ ਨੂੰ ਜੇਲ੍ਹ ਹੀ ਜਾਣਾ ਪੈਂਦਾ, ਜੇ ਕਿਤੇ ਇਦਾਂ ਦੀ ਪ੍ਰਕਿਰਿਆ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਵੀ ਚੱਲੀ ਤਾਂ ਸੁਖਨੈਬ ਜੀ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਹੈ ਉਹ ਖੜੀ ਜ਼ਰੂਰ ਹੋ ਸਕਦੀ ਹੈ। ਦੂਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ ਹੈ ਕਿ ਸਿਆਸੀ ਪਾਰਟੀਆਂ ਕਿੰਨੀ ਕੁ ਦਖਲ ਅੰਦਾਜ਼ੀ ਕਰਨਗੀਆਂ, ਕਿਉਂਕਿ ਹਰਿਆਣੇ ਦੇ ਵਿੱਚ ਜਿੱਥੇ ਕਿਤੇ ਚੋਣਾਂ ਹੁੰਦੀਆਂ, ਜੇ ਦਿੱਲੀ ਦੇ ਵਿੱਚ ਚੋਣਾਂ ਹੁੰਦੀਆਂ ਤੇ ਉੱਥੇ ਇਹ ਗੱਲ ਵੇਖਣ ਨੂੰ ਮਿਲਦੀ ਹੈ ਕਿ ਬਹੁਤ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨਿਰੋਲ ਵਿਦਿਆਰਥੀ ਮੁੱਦਿਆਂ ਨੂੰ ਸਮਰਪਿਤ ਹੁੰਦੀਆਂ ਹੀ ਨਹੀਂ। ਉਹਨਾਂ ਦੇ ਆਪੋ ਆਪਣੇ ਸਿਆਸੀ ਏਜੰਡੇ ਹੁੰਦੇ ਆ, ਉਹ ਕਿਸੇ ਨਾ ਕਿਸੇ ਵਿਸ਼ੇਸ਼ ਸਿਆਸੀ ਪਾਰਟੀ ਦੇ ਵਿਸ਼ੇਸ਼ ਲੀਡਰ ਦੇ ਹੱਥ ਕੰਡੇ ਬਣ ਕੇ ਕੰਮ ਕਰੀ ਜਾਂਦੇ ਆ। ਤੇ ਜੇ ਕਿਤੇ ਇਦਾਂ ਦਾ ਕੰਮ ਕਾਰ ਚੱਲਣ ਲੱਗ ਪਿਆ ਫਿਰ ਮਸਲਾ ਜਿਹੜਾ ਉਹ ਬੜਾ ਅਜੀਬੋ ਗਰੀਬ ਹੋ ਜਾਊਗਾ, ਪੰਜਾਬ ਦੇ ਵਿਦਿਆਰਥੀ ਸਿਆਸੀ ਤੌਰ ਦੇ ਉੱਤੇ ਵਰਤੇ ਜਾਣ ਲੱਗ ਪੈਣਗੇ। ਹੁਣ ਇਹ ਵੀ ਗੱਲ ਹੈ ਵਿਦਿਆਰਥੀ ਪ੍ਰਧਾਨ ਜਿਹੜੇ ਹੋਣਗੇ, ਵਿਦਿਆਰਥੀਆਂ ਦੇ ਜਿਹੜੇ ਸੰਗਠਨ ਹੋਣਗੇ, ਕਿਤੇ ਉਹਨਾਂ ਨੂੰ ਸਿਆਸੀ ਰੈਲੀਆਂ ਦੇ ਲਈ ਤਾਂ ਨਹੀਂ ਵਰਤਿਆ ਜਾਊਗਾ, ਉਹਨਾਂ ਨੂੰ ਚੋਣਾਂ ਦੇ ਪ੍ਰਚਾਰ ਦੇ ਲਈ ਬਹੁਤਾ ਤਾਂ ਨਹੀਂ ਵਰਤਿਆ ਜਾਊਗਾ ਕਿ ਭਾਈ ਉਹਨਾਂ ਦੀ ਪੜ੍ਹਾਈ ਦੇ ਉੱਤੇ ਵੀ ਅਸਰ ਹੋਵੇ। ਸੋ ਇਦਾਂ ਦੇ ਬਹੁਤ ਸਾਰੇ ਪਹਿਲੂ ਨੇ ਜਿਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਵਿਚਾਰ ਕੇ ਜਦੋਂ ਵਿਦਿਆਰਥੀ ਚੋਣਾਂ ਕਰਵਾਉਣੀਆਂ ਤਾਂ ਉਦੋਂ ਠੀਕ ਨਿਯਮ ਬਣਾਏ ਜਾਣ, ਜਿਹਨਾਂ ਦੇ ਨਾਲ ਕਿ ਵਿਦਿਆਰਥੀ ਚੋਣਾਂ ਦੇ ਵਿੱਚੋਂ ਵਿਦਿਆਰਥੀਆਂ ਦੇ ਅੰਦਰ ਲੀਡਰਸ਼ਿਪ ਕੁਆਲਿਟੀ ਤਾਂ ਪੈਦਾ ਹੋਵੇ, ਵਿਦਿਆਰਥੀਆਂ ਦੇ ਅੰਦਰ ਇੱਕ ਚੰਗੇ ਨੇਤਾ ਦੇ ਗੁਣ ਤਾਂ ਪੈਦਾ ਹੋਣ, ਲੋਕਤੰਤਰ ਦੇ ਵਿੱਚ ਇੱਕ ਲੀਡਰ ਦੇ ਕੰਮ ਕਾਰ ਕਿਹੜੇ ਨੇ, ਵਿਕਾਸ ਉਹਨੇ ਕਿਵੇਂ ਕਰਨਾ, ਉਹ ਸਾਰੀਆਂ ਵਿਸ਼ੇਸ਼ਤਾਵਾਂ ਤਾਂ ਉਹਨੂੰ ਪਤਾ ਲੱਗਣ। ਪਰ ਨਾਲ ਦੀ ਨਾਲ ਇੰਨੀ ਕੁ ਸੂਝ ਉਹਨੂੰ ਜ਼ਰੂਰ ਹੋਵੇ ਕਿ ਕਿਸੇ ਸਿਆਸੀ ਪਾਰਟੀ ਦਾ ਹੱਥ ਠੋਕਾ ਬਣ ਕੇ ਉਹ ਕਿਤੇ ਆਪਣੇ ਤੇ ਵਿਦਿਆਰਥੀਆਂ ਦੇ ਹਿੱਤ ਨਾ ਵੇਚ ਦੇਵੇ, ਲੜਾਈ ਝਗੜੇ ਨਾ ਹੋਣ, ਪਰਚੀਆਂ ਕਚਹਿਰੀਆਂ ਤਾਂ ਗੱਲ ਨਾ ਉੱਪਰੇ। ਜੀ ਸੋ ਬਹੁਤ ਮਿਹਰਬਾਨੀ ਵਾਟ ਸਾਹਿਬ, ਇੱਕ ਬ੍ਰੇਕ ਲੈ ਲਈਏ ਜੀ, ਫਿਰ ਬ੍ਰੇਕ ਤੋਂ ਬਾਅਦ ਗੱਡੀ ਗੇਅਰ 'ਚ ਰੱਖਦੇ ਹਾਂ ਜੀ। ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ। ਸੋ ਤੁਸੀਂ ਸੁਣ ਰਹੇ ਹੋ ਸਿੱਧੂ ਲਾਈਵ ਸ਼ੋ ਤੇ, ਇਸ ਵਕਤ ਪਰਮਵੀਰ ਸਿੰਘ ਬਾਟ ਮੇਰੇ ਨਾਲ ਹਾਜ਼ਰ ਨੇ। ਸਰਕਾਰੀ ਡਾਕਟਰਾਂ ਦੇ ਕਮਿਸ਼ਨ ਦੀ ਚਰਚਾ ਬੜੀ ਹੈ ਜੀ, ਕਹਿੰਦੇ ਬਾਹਲਾ ਹੀ ਮੋਟਾ ਕਮਿਸ਼ਨ ਲੈ ਲੈਂਦੇ, ਹੋਟਲਾਂ ਹਟਲਾਂ ਚ ਰਹਿਣ ਦਾ ਕੰਮ ਵੀ ਹੈ ਤੇ ਵਿਦੇਸ਼ਾਂ ਚ ਵੀ ਤੁਰੇ ਫਿਰਦੇ ਆ। ਸੁਖਨੈਬ ਜੀ, ਹੁਣ ਐਤਕੀ ਕੋਈ ਅਖਬਾਰੀ ਰਿਪੋਰਟ ਨੀ ਹੈਗੀ, ਕੋਈ ਕਿਸੇ ਦੁਆਰਾ ਲਾਏ ਗਏ ਦੋਸ਼ ਨੀ ਹੈਗੇ। ਐਤਕੀ ਤਾਂ ਸਿੱਧੇ ਤੌਰ ਦੇ ਉੱਤੇ ਜਿਹੜਾ ਪੰਜਾਬ ਦਾ ਖੁਫੀਆ ਵਿੰਗ ਹੈ ਉਹਨੇ ਇਸ ਗੱਲ ਦੀ ਇਤਲਾਹ ਜਿਹੜੀ ਹੈ ਉਹ ਪੰਜਾਬ ਦੇ ਜਿਹੜੇ ਪਹਿਲਾਂ ਪੁਲਿਸ ਦੇ DGP ਸਾਹਿਬ ਨੇ ਉਹਨਾਂ ਨੂੰ ਦਿੱਤੀ ਹੈ। ਉਹਨਾਂ ਨੇ ਅੱਗੋਂ ਸਿਹਤ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਭਾਈ ਆਹ ਸਾਰਾ ਕੁਝ ਜੋ ਫਰਜ਼ੀਵਾੜਾ ਜਿਹਾ ਚੱਲਦਾ ਸਰਕਾਰੀ ਡਾਕਟਰਾਂ ਦਾ ਉਹਦੇ ਬਾਬਤ ਰਿਪੋਰਟ ਦਿਓ। ਪਹਿਲੀ ਗੱਲ ਇਹ ਕਿ ਹਾਲ ਦੀ ਕੜੀ ਜਿਹੜੀ ਰਿਪੋਰਟ ਹੈ ਜਾਂ ਜੋ ਚਿੱਠੀਆਂ ਨੇ ਉਹ ਪ੍ਰਾਈਵੇਟ ਹਸਪੀਟਲ ਦੇ ਵਿੱਚ ਹੁੰਦੀ ਮਰੀਜ਼ਾਂ ਦੀ ਲੁੱਟ ਦੇ ਬਾਬਤ ਨਹੀਂ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਫਰਜ਼ੀਵਾੜਾ
ਲੋਕਾਂ ਦੀ ਲੁੱਟ ਦੇ ਇੱਕ ਬਹੁਤ ਵੱਡੇ ਕੇਂਦਰ, ਬਹੁਤ ਸਾਰੇ ਨਿੱਜੀ ਹਸਪਤਾਲ। ਪਰ ਦੂਸਰੇ ਪਾਸੇ ਜੇ ਆਪਾਂ ਇਕੱਲੇ ਸਰਕਾਰੀ ਹਸਪਤਾਲਾਂ ਦੀ ਗੱਲ ਕਰ ਲਈਏ ਤਾਂ ਉਹਦੇ ਬਾਬਤ ਵੀ ਹੁਣ ਸਿਹਤ ਵਿਭਾਗ ਪੰਜਾਬ ਨੇ ਸਾਰੇ ਸਿਵਲ ਸਰਜਨਾਂ ਨੂੰ ਇੱਕ ਚਿੱਠੀ ਲਿਖ ਦਿੱਤੀ ਹੈ ਕਿ 15 ਦਿਨਾਂ ਦੇ ਅੰਦਰ ਅੰਦਰ ਸਾਨੂੰ ਸਾਰੇ ਵੇਰਵੇ ਦਿਓ ਕਿ ਤੁਹਾਡੇ ਅਧੀਨ ਆਉਂਦੇ ਸਰਕਾਰੀ ਹਸਪਤਾਲ ਦੇ ਕਿਹੜੇ ਕਿਹੜੇ ਡਾਕਟਰ ਨੇ ਪਿਛਲੇ ਸਮੇਂ ਦੇ ਵਿੱਚ ਕੁਝ ਦਵਾਈ ਕੰਪਨੀਆਂ ਜਾਂ ਕੁਝ ਮੈਡੀਕਲ ਸਟੋਰਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਨਾਲ ਅੰਦਰ ਖਾਤੇ ਸਮਝੌਤੇ ਕਰਕੇ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਲਿਖ ਕੇ ਆਪ ਮੋਟੇ ਕਮਿਸ਼ਨ ਬਟੋਰੇ। ਹੁਣ ਜਿਹੜਾ ਖੁਫੀਆ ਵਿੰਗ ਨੇ ਖੁਲਾਸਾ ਕੀਤਾ ਹੈ, ਹਾਲਾਂਕਿ ਉਹ ਸਾਰਾ ਕੁਝ ਅਜੇ ਅੰਦਰੂਨੀ ਹੈ, ਜਨਤਕ ਨਹੀਂ ਕੀਤਾ ਗਿਆ, ਪਰ ਉਹਦੇ ਮੁਤਾਬਿਕ ਇਹ ਗੱਲ ਸਪਸ਼ਟ ਹੋ ਗਈ ਕਿ ਬਹੁਤ ਸਾਰੇ ਜਿਹੜੇ ਬਿਮਾਰ ਨੇ ਉਹਨਾਂ ਨੂੰ ਠੀਕ ਕਰਨ ਵਾਲੀਆਂ, ਤੰਦਰੁਸਤ ਕਰਨ ਵਾਲੀਆਂ ਦਵਾਈਆਂ ਜਿਹੜੀਆਂ ਹਸਪੀਟਲ ਦੇ ਮੈਡੀਕਲ ਸਟੋਰ ਦੇ ਵਿੱਚ ਮੁਫਤ ਜਾਂ ਬਹੁਤ ਘੱਟ ਕੀਮਤ ਤੇ ਉਪਲਬਧ ਨੇ। ਪਰ ਇਹਦੇ ਬਾਵਜੂਦ ਬਹੁਤ ਸਾਰੇ ਡਾਕਟਰ ਵਿਸ਼ੇਸ਼ ਕੰਪਨੀ ਦੀ ਕੋਈ ਦਵਾਈ ਲਿਖਦੇ ਆ, ਮਰੀਜ਼ ਨੂੰ ਪਰਚੀ ਫੜਾਉਂਦੇ ਆ, ਕੰਨ ਚ ਫੂਕ ਵੀ ਮਾਰ ਦਿੰਦੇ ਆ, ਬਾਕੀਆਂ ਦਾ ਨੀ ਪਤਾ, ਕਿਤੇ ਨਕਲੀ ਸਮਾਨ ਨਾ ਹੋਵੇ, ਤੂੰ ਏਦਾਂ ਕਰੀ ਹਸਪੀਟਲ ਦੇ ਗੇਟ ਤੋਂ ਬਾਹਰ ਨਿਕਲੀ, ਮਰ ਜਾ, ਸੱਜੇ ਹੋ ਕੇ ਖੱਬੇ ਹੋ ਜੇ ਦੂਜੀ ਦੁਕਾਨ ਹੀ ਹੈ, ਉੱਥੋਂ ਜਾ ਕੇ ਲੈ ਲਈ, ਤੈਨੂੰ ਥੋੜੀ ਜਿਹੀ ਛੋਟ ਵੀ ਦੇਣਗੇ, ਮੈਂ ਘੁੱਗੀ ਜੀ ਮਾਰ ਦਿੱਤੀ ਹੈ ਤੇ ਵਧੀਆ ਦਵਾਈ ਉੱਥੋਂ ਮਿਲਦੀ ਹੈ ਪਿਓਰ। ਬੰਦਾ ਉਸ ਵੇਲੇ ਡਾਕਟਰ ਨੂੰ ਰੱਬ ਦਾ ਰੂਪ ਸਮਝਦਾ ਕਿ ਭਾਈ ਜੋ ਕੁਝ ਡਾਕਟਰ ਨੇ ਕਿਹਾ ਮੈਂ ਉਹੀ ਮੰਨਣਾ, ਸਾਨੂੰ ਤਾਂ ਟੱਬਰ ਦਾ ਜੀ ਠੀਕ ਚਾਹੀਦਾ ਜੀ। ਚਲੋ ਤੇ ਇਹ ਵੀ ਪਤਾ ਲੱਗਿਆ ਕਿ ਬਹੁਤ ਸਾਰੀਆਂ ਜਿਹੜੀਆਂ ਹਸਪੀਟਲ ਦੇ ਵਿੱਚ ਪਈਆਂ ਦਵਾਈਆਂ ਨੇ ਉਹ ਵਧੀਆ ਵੀ ਹੁੰਦੀਆਂ, ਸਾਲਟ ਵੀ ਠੀਕ ਹੁੰਦਾ, ਆਰਥਿਕ ਤੌਰ ਦੇ ਉੱਤੇ ਵੀ ਬੰਦੇ ਨੂੰ ਤੰਗ ਨਹੀਂ ਕਰਦੀਆਂ, ਪਰ ਜਿਹੜੀਆਂ ਦੂਸਰੀਆਂ ਦਵਾਈਆਂ ਕਈ ਵਾਰੀ ਕਾਰਗਰ ਸਿੱਧ ਵੀ ਨਹੀਂ ਹੁੰਦੀਆਂ ਤੇ ਉਹਨਾਂ ਦਾ ਭਾਅ ਵੀ ਬੜਾ ਹੁੰਦਾ। ਹੁਣ ਜੋ ਕੁਝ ਇਸ ਵੇਲੇ ਸਾਹਮਣੇ ਆਇਆ, ਰਿਪੋਰਟ ਦੇ ਮੁਤਾਬਕ ਬਰਨਾਲਾ, ਸੰਗਰੂਰ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਜੀ, ਇਹ ਚਾਰ ਜ਼ਿਲ੍ਹੇ ਐਸੇ ਨੇ ਜਿੱਥੇ ਸਰਕਾਰੀ ਡਾਕਟਰਾਂ ਦਾ ਇੱਕ ਵੱਡਾ ਹਿੱਸਾ ਕਮਿਸ਼ਨ ਦੇ ਰੂਪ ਦੇ ਵਿੱਚ ਬਹੁਤ ਮੋਟੇ ਪੈਸੇ ਲੈਂਦਾ। ਹਾਲਾਂਕਿ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਸਰਕਾਰੀ ਡਾਕਟਰ ਇਸ ਕਮਿਸ਼ਨ ਖੋਰੀ ਦੇ ਧੰਦੇ ਦੇ ਵਿੱਚ ਲਿਪਤ ਨੇ, ਬਹੁਤ ਸਾਰੇ ਨਹੀਂ ਵੀ ਲਿਪਤ ਹੋਣਗੇ, ਪਰ ਇਹਨਾਂ ਦੀ ਗਿਣਤੀ ਵੀ ਘੱਟ ਨਹੀਂ ਜਿਹੜੇ ਕਮਿਸ਼ਨ ਠੋਕ ਕੇ ਲੈਂਦੇ ਆ। ਹੁਣ ਇੱਥੋਂ ਤੱਕ ਕਿ ਸਾਰੇ ਦਿਨ ਦੇ ਵਿੱਚ ਇੱਕ ਡਾਕਟਰ ਜਿੰਨੀਆਂ ਦਵਾਈਆਂ ਲਿਖਦਾ ਉਹਦੇ ਬਾਬਤ ਪਤਾ ਲੱਗਾ ਸੀ ਕਿ 60% ਦਵਾਈਆਂ ਬਹੁਤੇ ਡਾਕਟਰ ਜਿਹੜੇ ਨੇ ਉਹ ਖਾਸ ਕੰਪਨੀ ਦੀਆਂ ਲਿਖਦੇ ਆ, ਜਿਹਦੇ ਵਿੱਚੋਂ ਕੰਪਨੀਆਂ ਨੂੰ ਮਾਰਜਨ ਵੱਧ ਹੁੰਦਾ ਤੇ ਉਸੇ ਮਾਰਜਨ ਦੇ ਵਿੱਚੋਂ ਡਾਕਟਰ ਨੂੰ ਫਿਰ ਕਮਿਸ਼ਨ ਹਫ਼ਤੇ ਬਾਅਦ ਆ ਜਾਂਦਾ ਜੀ। ਇਹ ਵੀ ਗੱਲ ਨਹੀਂ ਕਿ ਪਤਾ ਨਹੀਂ ਲੱਗ ਸਕਦਾ, ਕੋਈ ਵੀ ਸਰਕਾਰੀ ਜਾਂਚ ਏਜੰਸੀ ਦਾ ਬੰਦਾ ਤੁਸੀਂ ਇੱਕ ਦਿਨ ਓਪੀਡੀ ਦੇ ਬਾਹਰ ਬੈਠ ਜਾਓ, ਤੁਹਾਨੂੰ ਉੱਥੋਂ ਪਤਾ ਲੱਗ ਜਾਏਗਾ ਕਿ ਕਿਹੜੀ ਕੰਪਨੀ ਦਾ ਕਿਹੜਾ ਮੈਡੀਕਲ ਰੀਪ੍ਰੈਜੈਂਟੇਟਿਵ ਜਿਹੜਾ MR ਹੈ ਉਹ ਉੱਥੇ ਪਹੁੰਚਦਾ ਤੇ ਉੱਥੇ ਪਹੁੰਚ ਕੇ ਜਿਹੜਾ ਉਹ ਡਾਕਟਰ ਦੇ ਨਾਲ ਅੱਟੀ ਸੱਟੀ ਲਾਉਂਦਾ ਹੈ, ਉਹਦੇ ਤੋਂ ਬਾਅਦ ਡਾਕਟਰ ਕਿਹਦੀ ਦਵਾਈ ਲਿਖਦੇ ਨੇ ਕਿਹਦੀ ਨਹੀਂ। ਹਾਲਾਂਕਿ ਡਾਕਟਰਾਂ ਦੇ ਲਈ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਜੈਨਰਿਕ ਦਵਾਈ ਹੀ ਲਿਖਣੀ ਹੈ ਤੇ ਦਵਾਈ ਦੀ ਬਕਾਇਦਾ ਕੰਪਨੀ ਪਰਚੀ ਤੇ ਲਿਖਣੀ ਚਾਹੀਦੀ ਹੈ। ਪਰ ਬਹੁਤੇ ਡਾਕਟਰ ਜਿਹੜੇ ਨੇ ਉਹ ਕੇਵਲ ਤੇ ਕੇਵਲ ਸਾਲਟ ਦਾ ਨਾਮ ਲਿਖਦੇ ਹੈ ਤੇ ਅੱਗੋਂ ਫਿਰ ਜਦੋਂ ਬੰਦਾ ਇੱਕ ਵਿਸ਼ੇਸ਼ ਮੈਡੀਕਲ ਸਟੋਰ ਦੇ ਉੱਤੇ ਪਹੁੰਚ ਜਾਂਦਾ ਤੇ ਅਗਲੇ ਨੂੰ ਪਤਾ ਹੁੰਦਾ ਕਿ ਜੇ ਡਾਕਟਰ ਸਾਹਿਬ ਨੇ ਆਹ ਸਾਲਟ ਲਿਖਿਆ ਤਾਂ ਮੈਂ ਟੀਕਾ ਵਿੱਤੀ ਤੌਰ ਦੇ ਉੱਤੇ ਕਿੱਡਾ ਕੁ ਵੱਡਾ ਲਾਉਣਾ। ਹੁਣ ਇਹਨਾਂ ਚਾਰ ਜ਼ਿਲ੍ਹਿਆਂ ਦੇ ਡਾਕਟਰਸ ਤੋਂ ਬਿਨਾਂ ਹੁਣ ਬਰਨਾਲਾ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਦਾ ਇੱਕ ਖਾਸ ਮੈਡੀਕਲ ਸਟੋਰ ਦੇ ਮਾਲਕ ਦੇ ਨਾਲ ਆਪਸ ਦੇ ਵਿੱਚ ਜਿਹੜਾ ਗੱਠਜੋੜ ਹੈ, ਚਰਚਾ ਉਹਦਾ ਵੀ ਬੜਾ ਹੈ। ਤਰਨ ਤਾਰਨ, ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਕਈ ਡਾਕਟਰਾਂ ਦੇ ਬਾਰੇ ਵੀ ਸਪਸ਼ਟ ਰਿਪੋਰਟ ਆਈ ਹੈ ਕਿ ਉਹ ਵੀ ਕਮਿਸ਼ਨਖੋਰੀ ਦੇ ਧੰਦੇ ਦੇ ਵਿੱਚ ਲੱਗੇ ਹੋਏ ਨੇ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂਸ਼ਹਿਰ ਦੇ ਸਰਕਾਰੀ ਡਾਕਟਰ ਜਿਹੜੇ ਨੇ ਉਹ ਵੀ ਹਸਪੀਟਲ ਦੇ ਵਿੱਚ ਜਿਹੜਾ ਮੌਜੂਦ ਸਾਲਟ ਹੈ ਉਹਦੀ ਥਾਂ ਦੇ ਉੱਤੇ ਬਾਹਰਲੇ ਮੈਡੀਕਲ ਸਟੋਰ ਤੋਂ ਬਹੁਤੇ ਮਰੀਜ਼ਾਂ ਨੂੰ ਦਵਾਈਆਂ ਲੈਣ ਦੇ ਲਈ ਮਜਬੂਰ ਕਰਦੇ ਆ ਜੀ। ਫਰੀਦਕੋਟ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪੀਟਲ, ਉਹਦੇ ਬਾਬਤ ਵੀ ਰਿਪੋਰਟਾਂ ਇੱਦਾਂ ਦੀਆਂ। ਹੁਣ ਸੁਖਨੈਬ ਜੀ, ਇੱਕ ਮੋਟੀ ਜਿਹੀ ਗੱਲ ਜਿਹੜੀ ਸਾਨੂੰ ਵੀ ਸੋਚਣੀ ਵਿਚਾਰਨੀ ਚਾਹੀਦੀ ਹੈ ਤੇ ਸਰਕਾਰੀ ਹਸਪੀਟਲ ਦੇ ਵਿੱਚ ਕੰਮ ਕਰਦੇ ਡਾਕਟਰਸ ਨੂੰ ਵੀ, ਠੀਕ ਹੈ ਭਾਈ ਵਿਦੇਸ਼ਾਂ ਦੇ ਟੂਰ ਲੱਗਦੇ ਹੋਣਗੇ, ਠੀਕ ਹੈ LCD LED ਗਿਫਟ ਦੇ ਵਿੱਚ ਮਿਲਦੀ ਹੋਏਗੀ, ਠੀਕ ਹੈ ਕਈਆਂ ਨੂੰ ਕਾਰਾਂ ਵੀ ਆਉਂਦੀਆਂ ਹੋਣਗੀਆਂ, ਪਰ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਸਰਕਾਰੀ ਹਸਪੀਟਲ ਦੇ ਵਿੱਚ 90% ਮਰੀਜ਼ ਆਉਂਦੇ ਕਿਹੜੇ ਆ, ਇਹ ਗੱਲ ਕਦੇ ਨੀ ਚੇਤੇ ਭੁੱਲਣੀ ਚਾਹੀਦੀ। ਸੁਖਨੈਬ ਜੀ, ਕਦੇ ਵੀ 10-15 ਦਿਨ ਲਗਾਤਾਰ ਕਿਸੇ ਸਰਕਾਰੀ ਹਸਪੀਟਲ ਵਿੱਚ ਵਿਜ਼ਿਟ ਕਰਕੇ ਵੇਖ ਲਓ, 2-2 ਘੰਟੇ ਉੱਥੇ ਰੁੱਕ ਕੇ ਵੇਖ ਲਓ, ਕੋਈ ਮਰੀਜ਼ ਮੈਨੂੰ ਤਾਂ ਇੱਦਾਂ ਦਾ ਲੱਭਾ ਨਹੀਂ ਜਿਹੜਾ ਕਾਰ ਦੇ ਉੱਤੇ ਸਰਕਾਰੀ ਹਸਪੀਟਲ ਦੇ ਵਿੱਚ ਦਵਾਈ ਲੈਣ ਆਇਆ ਹੋਵੇ, ਜਿਹੜਾ ਬੁਲਟ ਮੋਟਰਸਾਈਕਲ ਦੇ ਉੱਤੇ ਸਰਕਾਰੀ ਹਸਪੀਟਲ ਦੇ ਵਿੱਚ ਦਵਾਈ ਲੈਣ ਆਇਆ ਹੋਵੇ। ਹਾਂ, ਕਿਸੇ ਦਾ ਪਤਾ ਸ਼ਤਾ ਲੈਣ ਆ ਗਿਆ ਹੋਵੇ, ਕਿਸੇ ਆਰਥਿਕ ਤੌਰ ਤੇ ਕਮਜ਼ੋਰ ਰਿਸ਼ਤੇਦਾਰ ਦਾ, ਉਹ ਗੱਲ ਵੱਖਰੀ ਹੈ, ਪਰ ਸਰਕਾਰੀ ਹਸਪਤਾਲ ਦੇ ਵਿੱਚ 90% ਲੋਕ ਉਹ ਦਵਾਈ ਲੈਣ ਆਉਂਦੇ ਆ ਜਿਹੜੇ ਆਰਥਿਕ ਤੌਰ ਦੇ ਉੱਤੇ ਕੱਖੋਂ ਹੌਲੇ ਨੇ, ਮਜ਼ਦੂਰ ਤਬਕੇ ਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਮਜ਼ਦੂਰੀ ਕਰਨੀ ਭਾਈ ਮਾੜੀ ਗੱਲ ਹੈ, ਪਰ ਜੇ ਆਪਾਂ ਵਿੱਤੀ ਤੌਰ ਦੇ ਉੱਤੇ ਉਹਨਾਂ ਦੀ ਸਥਿਤੀ ਦੇਖਣੀ ਆ ਤਾਂ ਆਰਥਿਕ ਤੌਰ ਤੇ ਉਹ ਕਮਜ਼ੋਰ ਬੰਦੇ ਨੇ, ਉਹ ਆਉਂਦੇ ਆ ਸਰਕਾਰੀ ਹਸਪੀਟਲ ਦੇ ਵਿੱਚ,
ਜਿਹਨਾਂ ਦੇ ਕੋਲ ਚਾਰ ਪੈਸੇ ਹੋਣ ਉਹ ਸਰਕਾਰੀ ਹਸਪਤਾਲ ਦੇ ਵਿੱਚ ਧੱਕੇ ਨਾ ਖਾਣ, ਉਹ ਵੀ ਬਾਕੀ ਬੰਦਿਆਂ ਵਾਂਗੂ ਜਿਹਨਾਂ ਦੇ ਕੋਲ ਮਹਿੰਗੀਆਂ ਗੱਡੀਆਂ ਮੋਟੇ ਪੈਸੇ ਨੇ, ਮਜਬੂਰੀ ਦੇ ਵਿੱਚ ਹੀ ਭਾਵੇਂ ਜਾਂਦੇ ਨੇ ਪਰ ਉਹ ਪ੍ਰਾਈਵੇਟ ਹਸਪਤਾਲ ਜਾਂਦੇ, ਕਦੇ ਸਰਕਾਰੀ ਹਸਪਤਾਲ ਦੇ ਵੱਲ ਮੂੰਹ ਨਹੀਂ ਕਰਦੇ ਭਾਵੇਂ ਘਰ ਦੇ ਬਿਲਕੁਲ ਨੇੜੇ ਹੋਵੇ। ਤੇ ਜਿਹਨਾਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੇ ਕੋਲ ਵੀ ਪੈਸੇ ਹੋਣ ਇਹ ਵੀ ਨਿੱਜੀ ਹਸਪਤਾਲਾਂ ਦੇ ਵਿੱਚ ਜਾਣ, ਪਰ ਇਹਨਾਂ ਦੀ ਮਜਬੂਰੀ ਹੈ ਕਿ ਇਹਨਾਂ ਦੀ ਜੇਬ ਅਲਾਓ ਨਹੀਂ ਕਰਦੀ। ਤੇ ਇੰਨੇ ਮਜਬੂਰੀਆਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਵੀ ਜਦੋਂ ਹਸਪੀਟਲ ਦੇ ਅੰਦਰ ਪਈਆਂ ਉਸੇ ਤਰ੍ਹਾਂ ਦੀਆਂ ਦਵਾਈਆਂ ਨਾ ਦੇ ਕੇ ਬਾਹਰੋਂ ਮਹਿੰਗੀਆਂ ਦਵਾਈਆਂ ਲੈਣ ਦੇ ਲਈ ਮਜਬੂਰ ਕੀਤਾ ਜਾਂਦਾ ਤੇ ਉਹ ਕਿੰਨੇ ਜ਼ਿਆਦਾ ਔਖੇ ਹੋ ਕੇ ਆਪਣੇ ਕਿਸੇ ਟੱਬਰ ਦੇ ਜੀ ਦਾ ਇਲਾਜ ਕਰਾਉਂਦੇ ਹੋਣਗੇ, ਇਸ ਗੱਲ ਨੂੰ ਮਾੜਾ ਮੋਟਾ ਸੋਚਣਾ ਤੇ ਸਮਝਣਾ ਚਾਹੀਦਾ। ਹੁਣ ਵੇਖਦੇ ਹਾਂ ਸਾਰੇ ਸਿਵਲ ਸਰਜਨਾਂ ਤੋਂ 15 ਦਿਨਾਂ ਦੇ ਵਿੱਚ ਰਿਪੋਰਟ ਮੰਗੀ ਹੈ, ਰਿਪੋਰਟ ਕਿੰਨੀ ਕੁ ਇਮਾਨਦਾਰੀ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਤੇ ਉਸ ਰਿਪੋਰਟ ਦੇ ਉੱਤੇ ਸਰਕਾਰ ਕਾਰਵਾਈ ਕਿੱਦਾਂ ਦੀ ਕਰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਪਤਾ ਲੱਗੇਗਾ। ਪਰ ਪੰਜਾਬ ਦੇ ਅੱਜ ਆਪਾਂ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੀ ਪਰਚੀ ਚੱਲਦੀ ਹੈ, ਜਿਹੜਾ ਕਮਿਸ਼ਨ ਚੱਲਦਾ, ਜਿਹੜਾ ਗੁਰਖ ਧੰਦਾ ਚੱਲਦਾ, ਗੱਲ ਉਹਦੀ ਕੀਤੀ ਹੈ, ਬਲਕਿ ਪ੍ਰਾਈਵੇਟ ਹਸਪਤਾਲਾਂ ਦਾ ਜ਼ਿਕਰ ਕਰਾਂਗੇ ਜ਼ਰੂਰ ਜੀ। ਤੇ ਵਟਸਐਪ ਪੰਜਾਬ ਭਾਜਪਾ ਦੇ ਪ੍ਰਧਾਨ ਦੀ ਛੁੱਟੀ ਚਰਚਾ ਹੋ ਰਹੀ ਹੈ ਜੀ, ਪੂਰੀ ਹੋ ਗਈ ਛੁੱਟੀ ਜਾਂ ਹੋਣ ਦੇ ਚਰਚੇ ਹੈ ਜੀ? ਸੁਖਨਾ ਜੀ ਵੈਸੇ ਕਿਸਮਤ ਦੇ ਬੜੇ ਧਨੀ ਆ ਵਿਜੇ ਸਾਂਪਲਾ ਸਾਹਿਬ, ਕਿਵੇਂ ਅਜੇ ਤੱਕ ਬੈਠੇ ਹੋਏ ਨੇ ਪ੍ਰਧਾਨ ਦੀ ਗੱਦੀ ਜੀ। ਸੁਖਨਾ ਜੀ ਦੇਖੋ ਦੋ ਹੀ ਅਹੁਦੇ ਨੇ ਪੰਜਾਬ ਦੇ ਵਿੱਚ ਬੀਜੇਪੀ ਦੇ ਸਭ ਤੋਂ ਵੱਡੇ, ਇੱਕ ਅਹੁਦਾ ਜਿਹੜਾ ਬੀਜੇਪੀ ਦੇ ਸੂਬਾ ਪ੍ਰਧਾਨ ਦਾ ਤੇ ਦੂਸਰਾ ਬੀਜੇਪੀ ਦੇ ਕੋਟੇ ਦੇ ਵਿੱਚੋਂ ਇੱਕ ਮੰਤਰੀ ਦਾ। ਦੋਵੇਂ ਅਹੁਦੇ ਵਿਜੇ ਸਾਂਪਲਾ ਸਾਹਿਬ ਦੇ ਕੋਲ ਨੇ, ਹਾਲਾਂਕਿ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਨੂੰ ਵੀ ਪਤਾ ਹੈ ਕਿ ਵਿਜੇ ਸਾਂਪਲਾ ਨੂੰ ਅਸੀਂ ਇਸ ਕਰਕੇ ਲਿਆਏ ਸੀ ਕਿ ਭਾਈ ਦਲਿਤ ਭਾਈਚਾਰੇ ਦੀਆਂ ਵੋਟਾਂ ਪੈਣਗੀਆਂ, 23 ਦੇ ਵਿੱਚੋਂ 13 ਸੀਟਾਂ ਅਸੀਂ ਵਿਧਾਨ ਸਭਾ ਦੀਆਂ ਜਿੱਤ ਲਾਂਗੇ, ਪਰ ਸੀਟਾਂ ਮਿਲੀਆਂ 3, 20 ਹਰ ਗਏ। ਉਹਦੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਇੱਕ ਚੰਡੀਗੜ੍ਹ ਵਿੱਚ ਪੜਚੋਲ ਮੀਟਿੰਗ ਹੋਈ ਸੁਖਰੈਬ ਜੀ, ਉਸ ਪੜਚੋਲ ਮੀਟਿੰਗ ਦੇ ਵਿੱਚ ਹੈਰਾਨੀ ਦੀ ਗੱਲ ਹੈ ਕਿ ਸਿੱਧੇ ਤੌਰ ਦੇ ਉੱਤੇ ਬਹੁਤੇ ਜਿਹੜੇ ਹਾਰਨ ਵਾਲੇ ਉਮੀਦਵਾਰ ਸੀ ਉਹਨਾਂ ਨੇ ਵਿਜੇ ਸਾਂਪਲਾ ਤੇ ਤੋੜਾ ਝਾੜਿਆ ਕਿ ਭਾਈ ਪ੍ਰਧਾਨ ਸਾਹਿਬ ਪਾਰਟੀ ਨੂੰ ਇਕੱਠੀ ਨਹੀਂ ਰੱਖ ਸਕੇ, ਨਾ ਇਹਨਾਂ ਨੇ ਨਿੱਠ ਕੇ ਪ੍ਰਚਾਰ ਕੀਤਾ ਤੇ ਨਾ ਕਿਸੇ ਨੂੰ ਕਰਨ ਦਿੱਤਾ। ਇਹਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੂੰ ਅਜੇ ਪ੍ਰਧਾਨਗੀ ਤੋਂ ਨਹੀਂ ਲਾਇਆ। ਇਹਦੇ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਕਿਵੇਂ ਗਵਾਈ, ਜਿੱਤੀ ਉਹ ਸੀਟ 2 ਲੱਖ ਵੋਟਾਂ ਦੇ ਫਰਕ ਦੇ ਨਾਲ ਕਿਵੇਂ ਹਾਰੀ, ਇਹ ਵੀ ਆਪਣੇ ਸਾਰਿਆਂ ਦੇ ਸਾਹਮਣੇ ਹੈ। ਉਹਦੇ ਤੋਂ ਬਾਅਦ ਫਿਰ ਪੜਚੋਲ ਮੀਟਿੰਗ ਹੋਈ, ਫਿਰ ਤੋੜਾ ਜਿਹੜਾ ਵਿਜੇ ਸਾਂਪਲਾ ਤੇ ਚੜਿਆ, ਪਰ ਅਜੇ ਤੱਕ ਵੀ ਉਹ ਪ੍ਰਧਾਨਗੀ ਤੇ ਕਾਇਮ ਨੇ। ਉਹਦੇ ਤੋਂ ਬਾਅਦ 4 ਸ਼ਹਿਰਾਂ ਦੀਆਂ ਨਿਗਮ ਚੋਣਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ, ਭਾਰਤੀ ਜਨਤਾ ਪਾਰਟੀ ਨੇ ਪਾਣੀ ਨਹੀਂ ਮੰਗਿਆ। 30 ਸ਼ਹਿਰਾਂ ਦੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ, ਭਾਰਤੀ ਜਨਤਾ ਪਾਰਟੀ ਕਿਸੇ ਵੀ ਸ਼ਹਿਰ ਦੇ ਵਿੱਚ ਆਪਣੀ ਸੱਤਾ ਬਚਾ ਨਹੀਂ ਸਕੀ, ਪਰ ਵਿਜੇ ਸਾਂਪਲਾ ਦੇ ਬਾਵਜੂਦ ਵੀ ਮੰਤਰੀ ਵੀ ਬਣੇ ਹੋਏ ਨੇ, ਪੰਜਾਬ ਭਾਜਪਾ ਦੇ ਪ੍ਰਧਾਨ ਵੀ ਬਣੇ ਹੋਏ ਨੇ। ਪਰ ਹੁਣ ਲੱਗਦਾ ਕਿ ਪ੍ਰਧਾਨਗੀ ਦੇ ਤੌਰ ਦੇ ਉੱਤੇ ਉਹਨਾਂ ਦੇ ਦਿਨ ਬੜੇ ਸਿਆਸੀ ਤੌਰ ਤੇ ਥੋੜੇ ਨੇ। ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਗੁਜਰਾਤ ਦੇ ਵਿੱਚ ਵੋਟਾਂ ਦਾ ਘੱਟ ਮਿਲਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਜ਼ਿਮਨੀ ਚੋਣਾਂ ਦਾ ਹਾਰਨਾ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਨੂੰ ਇਸ ਵੇਲੇ ਹਿਲਾ ਕੇ ਰੱਖ ਗਿਆ, ਕੰਬਣੀ ਛਿੜ ਗਈ। ਉਹਦੇ ਤੋਂ ਬਾਅਦ ਉਹ ਹਰ ਸੂਬੇ ਦੇ ਵਿੱਚ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਕਮਜ਼ੋਰ ਹੋਈ ਹੈ ਉੱਥੇ ਆਪਣੀ ਲੀਡਰਸ਼ਿਪ ਦੇ ਵਿੱਚ ਅਮਿਤ ਸ਼ਾਹ ਹੋਰੀ ਤਬਦੀਲੀ ਕਰਨਾ ਚਾਹੁੰਦੇ ਹੈ ਤਾਂ ਜੋ ਆਉਣ ਵਾਲੇ ਸਮੇਂ ਦੀਆਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਚੰਗੇ ਨਤੀਜੇ ਲਏ ਜਾ ਸਕਣ। ਸੁਖਨਾ ਜੀ ਇਸ ਵੇਲੇ ਰਾਜਸਥਾਨ ਭਾਜਪਾ ਦਾ ਪ੍ਰਧਾਨ, ਮੱਧ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਤੇ ਉਹਦੇ ਤੋਂ ਬਾਅਦ ਗੁਜਰਾਤ ਭਾਜਪਾ ਦਾ ਪ੍ਰਧਾਨ, ਇਹ ਤਿੰਨੋਂ ਪ੍ਰਧਾਨ ਬਦਲਣ ਦਾ ਜਿਹੜਾ ਫੈਸਲਾ ਕਿਸੇ ਵੀ ਵੇਲੇ ਹੋ ਸਕਦਾ ਤੇ ਇਹਨਾਂ ਦੇ ਵਿੱਚ ਚੌਥਾ ਪ੍ਰਧਾਨ ਹੋਏਗਾ ਪੰਜਾਬ ਦਾ ਵਿਜੇ ਸਾਂਪਲਾ। ਹੁਣ ਵਿਜੇ ਸਾਂਪਲਾ ਦੀ ਥਾਂ ਸਵਾਲ ਇਹ ਪੈਦਾ ਹੁੰਦਾ ਕਿ ਭਾਰਤੀ ਜਨਤਾ ਪਾਰਟੀ ਦਾ ਸੂਬਾ ਪ੍ਰਧਾਨ ਜਿਹੜਾ ਉਹ ਬਣਾਇਆ ਕਿਹਨੂੰ ਜਾਏਗਾ। ਦੋ ਨਾਮ ਇਸ ਵੇਲੇ ਸਭ ਤੋਂ ਵੱਧ ਚਰਚਾ ਦੇ ਵਿੱਚ ਨੇ, ਇੱਕ ਜਲੰਧਰ ਦੇ ਸਾਬਕਾ ਮੇਅਰ, ਭਾਰਤੀ ਜਨਤਾ ਪਾਰਟੀ ਸਪੋਰਟਸ ਸੈੱਲ ਦੇ ਸਾਬਕਾ ਸੂਬਾ ਪ੍ਰਧਾਨ, ਇਹਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਮੀਤ ਪ੍ਰਧਾਨ ਸੂਬੇ ਦੇ, ਤੇ ਉਹਨਾਂ ਦਾ ਨਾਮ ਜਿਹੜਾ ਹੈ ਉਹ ਹੈਗਾ ਰਾਕੇਸ਼ ਰਾਠੌਰ। ਰਾਕੇਸ਼ ਰਾਠੌਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਰ ਉਹਨਾਂ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਨੇ। ਰਾਕੇਸ਼ ਰਾਠੌਰ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਦੇ ਵਿੱਚ ਚੰਗਾ ਆਪਣਾ ਰਸੂਖ ਬਣਾ ਚੁੱਕੇ ਹੈ, ਇੱਕ ਉਹਨਾਂ ਦੇ ਨਾਂ ਦੀ ਚਰਚਾ। ਦੂਸਰੇ ਨੇ ਸ਼ਵੇਤ ਮਲਿਕ, ਰਾਜ ਸਭਾ ਦੇ ਮੈਂਬਰ ਨੇ ਅੰਮ੍ਰਿਤਸਰ ਤੋਂ, ਕਿਸੇ ਵੇਲੇ ਅੰਮ੍ਰਿਤਸਰ ਦੇ ਮੇਅਰ ਵੀ ਰਹਿ ਚੁੱਕੇ ਹੈ, ਉਹ RSS ਦੇ ਬੜੇ ਪੁਰਾਣੇ ਬੰਦੇ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਸਾਰੇ ਧੜਿਆਂ ਦੇ ਨਾਲ ਉਹਨਾਂ ਦੇ ਚੰਗੇ ਸੰਬੰਧ ਹੈ, ਸੋ ਕਿਤੇ ਨਾ ਕਿਤੇ ਪਾਰਟੀ ਦੇ ਅੰਦਰ ਆਈ ਹੋਈ ਧੜੇਬੰਦੀ ਨੂੰ ਮਿਟਾਉਣ ਦੇ ਲਈ ਤੇ ਪਾਰਟੀ ਨੂੰ ਹਾਰਾਂ ਦੇ ਸਿਲਸਿਲੇ ਤੋਂ ਉਭਾਰਨ ਦੇ ਲਈ ਰਾਕੇਸ਼ ਰਾਠੌਰ ਤੇ ਸ਼ਵੇਤ ਮਲਿਕ ਦੇ ਵਿੱਚੋਂ ਕਿਸੇ ਇੱਕ ਦਾ ਨੰਬਰ ਜਿਹੜਾ ਹੈ ਉਹ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਵਜੋਂ ਜਿਹੜਾ ਲੱਗ ਸਕਦਾ ਹੈ। ਸੋ ਵੇਖਦੇ ਹਾਂ ਕਿ ਉਹਦੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਸਿਆਸੀ ਤੌਰ ਤੇ ਤਰੱਕੀ ਕਰਦੀ ਹੈ ਜਾਂ ਖੜੋਤ ਦਾ ਸ਼ਿਕਾਰ ਰਹਿੰਦੀ ਹੈ। ਜੀ
ਮਾਰ ਸਾਹਿਬ ਇੱਕ ਬ੍ਰੇਕ ਲੈ ਲਈਏ ਜੀ ਛੋਟੀ ਜਿਹੀ ਤੇ ਬ੍ਰੇਕ ਤੋਂ ਬਾਅਦ ਗੱਡੀ ਫੇਰ ਆਪਾਂ ਗੇਅਰ 'ਚ ਹੀ ਰੱਖਦੇ ਹਾਂ। ਸੋ ਸੱਜਣੋ ਤੁਸੀਂ ਸੁਣ ਰਹੇ ਹੋ ਸਿੱਧੂ ਲਾਈਵ ਸ਼ੋਅ ਤੇ ਬ੍ਰੇਕ ਦੇ ਬਾਅਦ ਫੇਰ ਅਸੀਂ ਲਾਈਵ ਰਹਿੰਦੇ ਹਾਂ। ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ ਤੇ ਦੋਸਤੋ ਗੱਲਬਾਤ ਚੱਲ ਰਹੀ ਹੈ ਜੀ ਖਬਰਸਾਰ ਦੀ। ਵਰ ਸਾਹਿਬ ਐਨ ਆਰ ਆਈ ਦੀ ਮੌਤ ਤੋਂ ਬਾਅਦ ਇਹ ਕੀ ਮਾਮਲਾ ਜੀ, ਕਹਿੰਦੇ ਧੋਖੇ ਨਾਲ ਪਲਾਟ ਵੇਚਤਾ ਉਹਦਾ। ਸੁਖਨੈਬ ਜੀ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਜਿਹੜੀਆਂ ਸਾਡੇ ਪ੍ਰਵਾਸੀ ਭਾਰਤੀਆਂ ਦੇ ਨਾਲ ਕਹਿ ਲਈਏ ਪੰਜਾਬੀਆਂ ਦੇ ਨਾਲ ਕਹਿ ਦਈਏ ਹੁੰਦੀਆਂ ਆਈਆਂ। ਕਦੇ ਬੈਂਕ ਦੇ ਪੈਸਿਆਂ ਦਾ ਧੋਖਾ ਹੋ ਗਿਆ, ਕਦੇ ਪਲਾਟ ਦੇ ਉੱਤੇ ਕੋਠੀ ਕਿਸੇ ਹੋਰ ਨੇ ਪਾ ਲਈ, ਕਦੇ ਜ਼ਮੀਨ ਦੱਬ ਲਈ, ਵੀ ਕੁਛ ਹੁੰਦਾ ਰਹਿੰਦਾ, ਕਦੇ ਕੋਈ ਠੇਕੇ ਦੱਬ ਗਿਆ। ਪਰ ਐਤਕੀ ਥੋੜਾ ਵੱਖਰੇ ਤਰ੍ਹਾਂ ਦਾ ਮਸਲਾ। ਇੰਗਲੈਂਡ ਦਾ ਇੱਕ ਪਰਿਵਾਰ 2005 ਦੇ ਵਿੱਚ ਆ ਕੇ ਮੋਹਾਲੀ ਦੇ ਵਿੱਚ ਇੱਕ 10 ਮਰਲੇ ਦਾ ਪਲਾਟ ਲੈਂਦਾ, 4 ਲੱਖ ਰੁਪਈਏ ਦੇ ਵਿੱਚ ਰਜਿਸਟਰੀ ਹੁੰਦੀ ਹੈ। ਅਮਰਜੀਤ ਸਿੰਘ ਯੂਕੇ ਵਾਲੇ ਲੈਂਦੇ ਆ ਪਲਾਟ। ਉਹਦੇ ਉੱਚ ਥੋੜਾ ਜਿਹਾ ਥਾਂ ਛੱਪਿਆ ਹੋਇਆ 2 ਮੰਜ਼ਲੀ। ਚਲੋ ਪਲਾਟ ਲੈ ਲਿਆ, ਆ ਕੇ ਇੱਕ ਦੋ ਵਾਰੀ ਉਹਦੇ ਇਸ ਘਰ ਦੇ ਵਿੱਚ ਰਹੇ ਵੀ ਹੋਣਗੇ 2-2, 4-4 ਦਿਨ। ਉਹਦੇ ਤੋਂ ਬਾਅਦ 2011 ਦੇ ਵਿੱਚ ਅਮਰਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉਹਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਪਿੱਛੇ ਰਹਿੰਦੀ ਹੈ। ਹੁਣ ਬੀਬੀ ਸੁਰਿੰਦਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ, IGNRI ਸੈੱਲ, DGP ਪੰਜਾਬ ਪੁਲਿਸ, SSP ਮੋਹਾਲੀ ਤੇ ਹੋਰ ਵੱਖ ਵੱਖ ਸੰਬੰਧਿਤ ਮਹਿਕਮਿਆਂ ਦੇ ਜਿਹੜੇ ਆਫਿਸਰ ਨੇ, ਅਧਿਕਾਰੀ ਨੇ, ਉਹਨਾਂ ਨੂੰ ਇੱਕ ਸ਼ਿਕਾਇਤ ਰੂਪੀ ਚਿੱਠੀ ਲਿਖੀ ਤੇ ਨਾਲ ਡਾਕੂਮੈਂਟ ਸਾਰੇ ਦਿੱਤੇ। ਉਹ ਕਹਿੰਦੇ ਆ ਦੇਖੋ, 2005 ਦੇ ਵਿੱਚ ਅਸੀਂ 10 ਮਰਲਿਆਂ ਦੇ ਵਿੱਚ ਪਲਾਟ ਖਰੀਦਿਆ, ਥੋੜਾ ਜਿਹਾ ਮਕਾਨ ਉਹਦੇ ਵਿੱਚ ਬਣਿਆ ਹੋਇਆ ਜੀ, ਤੇ 2011 ਦੇ ਵਿੱਚ ਮੇਰੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ, ਅਸੀਂ 2-4 ਸਾਲ ਪੰਜਾਬ ਆ ਨਹੀਂ ਪਾਉਂਦੇ। ਪਰ ਹੁਣ ਜਦੋਂ ਸਾਨੂੰ ਪਤਾ ਲੱਗਿਆ ਕਿ ਉੱਥੇ ਤੱਕ ਹੋਰ ਹੀ ਪਰਿਵਾਰ ਰਹਿੰਦਾ, ਤੇ ਉਹਦੇ ਤੋਂ ਬਾਅਦ ਉਹ ਕਹਿੰਦੇ ਜਾਂਚ ਕਰਾਈ ਜਾਵੇ, ਸਾਨੂੰ ਪਤਾ ਲੱਗਦਾ ਕਿ ਸਾਡੇ ਮਕਾਨ ਨੂੰ ਗਲਤ ਤਰੀਕੇ ਨਾਲ ਕਿਸੇ ਨੇ ਵੇਚ ਦਿੱਤਾ। ਤੇ ਜਦੋਂ ਸੁਖਨੈਬ ਜੀ ਜਾਂਚ ਕਰਾਈ ਗਈ ਤਾਂ ਇਹ ਗੱਲ ਸੱਚੀ ਨਿਕਲੀ। ਸੱਚੀ ਕਿਵੇਂ ਨਿਕਲੀ? ਸੱਚੀ ਇਸ ਕਰਕੇ ਨਿਕਲੀ ਕਿ ਜਦੋਂ ਪੁਲਿਸ ਨੇ ਜਾਂਚ ਪੜਤਾਲ ਕੀਤੀ NRI ਸੈੱਲ ਨੇ, ਤਾਂ ਸੱਚੀ ਪਤਾ ਲੱਗਿਆ ਕਿ ਉਹ ਮਕਾਨ ਜਿਹੜਾ ਹੈ ਉਹ ਤਾਂ ਅੱਗੇ ਵੇਚ ਦਿੱਤਾ ਗਿਆ। ਹੁਣ ਬੰਦੇ ਦੀ ਮੌਤ ਹੋ ਗਈ ਹੈ, ਅੱਗੇ ਉਹ ਜ਼ਮੀਨ ਜਾਂ ਉਹ ਪਲਾਟ ਜਿਹੜਾ ਕਿਸੇ ਨੂੰ ਟ੍ਰਾਂਸਫਰ ਨਹੀਂ ਹੋਇਆ, ਨਾ ਕਿਸੇ ਨੇ ਡੈਥ ਸਰਟੀਫਿਕੇਟ ਦਿੱਤਾ, ਤੇ ਉਸ ਬੰਦੇ ਦੀ ਗੈਰਹਾਜ਼ਰੀ ਦੇ ਵਿੱਚ ਮਕਾਨ ਵਿਕ ਕਿਵੇਂ ਗਿਆ, ਪਲਾਟ ਬਚਿਆ ਕਿਵੇਂ ਨਾ। ਹੁਣ ਉਹਦੇ ਤੋਂ ਬਾਅਦ 4 ਲੋਕਾਂ ਦੇ ਉੱਤੇ ਪਰਚਾ ਦਰਜ ਹੋਇਆ, ਅਗਲੀਆਂ ਰਜਿਸਟਰੀਆਂ ਕਢਾ ਕੇ ਵੇਖ ਲਈਆਂ। ਉਹਦੇ ਵਿੱਚ ਇੱਕ ਜਗਦੀਸ਼ ਰਾਮ ਹੈ, ਦੂਜਾ ਸਕੱਤਰ ਸਿੰਘ ਹੈ, ਤੀਜਾ ਲੰਬਰਦਾਰ ਸੁਰਿੰਦਰ ਸਿੰਘ ਤੇ ਚੌਥਾ ਗੁਰਮੀਤ ਸਿੰਘ। ਉਹਨਾਂ ਨੇ ਆਪਸ ਦੇ ਵਿੱਚ ਰਾਇ ਕਰਕੇ ਲੰਬਰਦਾਰ ਨੂੰ ਨਾਲ ਲਿਆ ਤੇ ਇੱਕ ਬੰਦੇ ਨੂੰ ਖੜਾ ਕਰਕੇ ਕਹਿ ਦਿੱਤਾ ਜੀ ਭਾਈ ਇਹੀ ਹੈ ਅਮਰਜੀਤ ਸਿੰਘ ਜਿਹਦਾ ਇਹ ਮਕਾਨ ਹੈ, ਤੇ ਇਸ ਬੰਦੇ ਦੇ ਨਾਲ ਆ ਦਿਓ। ਖਰੀਦਣ ਵਾਲੇ ਤੇ ਵੀ, ਵੇਚਣ ਵਾਲੇ ਤੇ ਵੀ, ਗਵਾਹੀਆਂ ਪਾਉਣ ਵਾਲੇ ਤੇ ਪਰਚਾ ਦਰਜ ਹੋ ਗਿਆ। ਤੇ ਜਦੋਂ ਲੰਬਰਦਾਰ ਨੂੰ ਪੁੱਛਿਆ ਸੁਰਿੰਦਰ ਸਿੰਘ ਨੂੰ ਕਿ ਸੁਰਿੰਦਰ ਸਿੰਘ ਕੀ ਗੱਲ, ਆ ਕੀ ਕੰਮ ਕੀਤਾ, ਤੈਨੂੰ ਪਤਾ ਨਾ ਉਹ ਬੰਦਾ ਮਾਰਿਆ ਗਿਆ ਸੀ? ਕਹਿੰਦੇ ਪਤਾ ਤਾਂ ਸੀਗਾ। ਤਾਂ ਫਿਰ ਪੁੱਛਿਆ, ਕਹਿੰਦਾ ਰੁਪਈਆ 700 ਮਿਲਿਆ ਸੀ। ਮੈਂ ਕਿਹਾ ਚਲੋ ਕੀ ਫਰਕ ਪੈਂਦਾ, ਗਵਾਹੀ ਪਾ ਦਿੰਦੇ ਹਾਂ। ਹੁਣ ਜਿਸ ਥਾਂ ਦੇ ਉੱਤੇ 700 ਰੁਪਈਏ ਦੇ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੋਏ ਕਿ ਭਾਈ ਮੈਂ ਫਲਾਣੇ ਬੰਦੇ ਨੂੰ ਜਾਣਦਾ ਤੇ ਬਿਲਕੁਲ ਠੀਕ ਹੈ, ਉਹੀ ਹੈ ਜਿਹਦਾ ਨਾਮ ਲਿਖਿਆ ਹੋਇਆ, ਫਿਰ ਰੌਲਾ ਪਾਉਣਾ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਦਸਤਾਵੇਜ਼ ਕਢਵਾਏ ਗਏ ਤਾਂ ਪਤਾ ਲੱਗਿਆ ਕਿ 2 ਵਾਰੀ ਇਹ ਸਾਰਾ ਕੁਝ ਜਿਹੜਾ ਹੋ ਚੁੱਕਿਆ, 2 ਵਾਰ ਜਿਹੜਾ ਉਹ ਮਕਾਨ ਉਸ ਬੰਦੇ ਦੇ ਮਰਨ ਤੋਂ ਬਾਅਦ ਵੇਚਿਆ ਜਾ ਚੁੱਕਿਆ। ਇਹਦੇ ਵਿੱਚ ਕਿਹੜਾ ਕਿਹੜਾ ਉਸ ਵੇਲੇ ਰੌਲਾ ਤੌਲਾ ਸੀ, ਕਿਹੜੇ ਕਿਹੜੇ ਬੰਦੇ ਦਾ ਜਿਹੜਾ ਲੈਣ ਦੇਣ ਸੀ, ਕਿਹੜੇ ਬੰਦੇ ਨੇ ਇਹ ਸਾਰਾ ਕੰਮ ਜਿਹੜਾ ਕੀਤਾ, ਅਧਿਕਾਰੀ ਕੋਈ ਨਾਲ ਸੀ ਜਾਂ ਨਹੀਂ ਸੀ, ਉਹਦੀ ਛਾਣਬੀਣ ਅਜੇ ਹੋ ਰਹੀ ਹੈ। ਪਰ ਪਰਚਾ ਦਰਜ ਹੋ ਕੇ ਹੋ ਸਕਦਾ ਕਿ ਰਜਿਸਟਰੀ ਭੜਕ ਨੂੰ ਕੈਂਸਲ ਹੋ ਜਾਏ। ਪਰ ਕੁੱਲ ਮਿਲਾ ਕੇ ਸੁਖਨੈਬ ਜੀ, ਸਾਰੇ ਮਸਲੇ ਦੇ ਨਾਲ ਇੱਕ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੋ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਪ੍ਰਵਾਸੀ ਨੇ ਭਾਈ, ਜਦੋਂ ਕਦੇ ਇੰਡੀਆ ਦੇ ਵਿੱਚ ਆਉਂ, ਫਰਦਾ ਫੁਰਦਾ ਕਢਾ ਕੇ ਵੇਖ ਲਿਆ ਕਰੋ ਕਿ ਜ਼ਮੀਨ ਜਿਹੜੀ ਤੁਸੀਂ ਲਈ ਸੀ, ਪਲਾਟ ਜਿਹੜਾ ਸ਼ਹਿਰ ਦੇ ਨੇੜੇ ਲਿਆ ਸੀ, ਅਜੇ ਤੁਹਾਡੇ ਨਾਲ ਹੀ ਬੋਲਦਾ ਕਿ ਕਿਸੇ ਹੋਰ ਦੇ ਨਾਂ ਆ। ਹਾਲਾਂਕਿ ਸਾਰਿਆਂ ਦਾ ਖੂਨ ਅਜੇ ਚਿੱਟਾ ਨਹੀਂ ਹੋਇਆ, ਸਾਰਿਆਂ ਦਾ ਆਪਸ ਵਿੱਚ ਪਿਆਰ ਤੇ ਮੁਹੱਬਤ ਤੇ ਮੋਜਰਾ ਅਜੇ ਬਦਲਿਆ ਨਹੀਂ, ਪਰ ਭਾਈ ਜਿਹਦੇ ਨਾਲ ਬੀਤਦੀ ਹੈ ਉਹਨੂੰ ਫਿਰ ਦੁੱਖ ਬਹੁਤਾ ਲੱਗਦਾ। ਇਸ ਕਰਕੇ ਸਾਵਧਾਨੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਜੀ। ਬਿਲਕੁਲ ਜੀ, ਸਾਵਧਾਨੀ ਹਟੀ ਤੇ ਘਟਨਾ ਘਟੀ, ਦੁਰਘਟਨਾ। ਤੇ ਮਮਤਾ ਬੈਨਰਜੀ ਵਿਰੋਧੀ ਪਾਰਟੀਆਂ ਦੇ ਨਾਲ ਕਹਿੰਦੇ ਜੀ ਮੀਟਿੰਗਾਂ ਕਰੀ ਜਾਂਦੇ ਆ। ਸੁਖਨੈਬ ਜੀ, ਮਮਤਾ ਬੈਨਰਜੀ ਇਸ ਵੇਲੇ ਬੜੀ ਵੱਡੀ ਪੱਧਰ ਦੇ ਉੱਤੇ ਸਰਗਰਮ ਨੇ ਸਿਆਸੀ ਤੌਰ ਤੇ ਭਾਰਤ ਦੇ ਵਿੱਚ। ਸਭ ਤੋਂ ਵੱਡੀ ਸਰਗਰਮੀ ਇਸ ਕਰਕੇ ਹੈ ਕਿ ਕਿਸੇ ਨਾ ਕਿਸੇ ਢੰਗ ਤਰੀਕੇ ਕਿਵੇਂ
ਇਹ ਸਾਰਾ ਮਸਲਾ ਜਿਹੜਾ ਕਿਸੇ ਤੜਪੱਤਣ ਲਾਇਆ ਜਾਵੇ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਤੇ ਕਿਹਨੇ ਕਰਨਾ, ਕਿਸ ਤਰੀਕੇ ਦੇ ਨਾਲ ਕਰਨਾ, ਅੱਡ ਅੱਡ ਕਰਨਾ ਜਾਂ ਇਕੱਠੇ ਹੋ ਕੇ ਕਰਨਾ। ਹੁਣ ਕਾਂਗਰਸ ਪਾਰਟੀ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਸੱਦੀ ਸੀ ਕਿ ਭਾਰਤੀ ਜਨਤਾ ਪਾਰਟੀ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਆਪਾਂ ਇੱਕ ਮੰਚ ਦੇ ਉੱਤੇ ਇਕੱਠੀਆਂ ਕਰਨੀਆਂ। ਹੁਣ ਜਦੋਂ ਬੀਬੀ ਸੋਨੀਆ ਗਾਂਧੀ ਨੇ ਮੀਟਿੰਗ ਸੱਦੀ, ਉਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਿਲ ਹੋਏ, ਪਰ ਫਿਰ ਵੀ ਆਮ ਸਹਿਮਤੀ ਨਹੀਂ ਸੀ ਬਣੀ। ਇਹਦੇ ਤੋਂ ਪਹਿਲਾਂ ਜਸਵੰਤ ਸਿਨਹਾ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਅਹੁਦੇ ਦਲਾਂ ਦੇ ਨਾਲ ਬੜੀ ਕੌੜ ਖਾਂਦੇ ਆ, ਉਹਨਾਂ ਨੇ ਵੀ ਕਈ ਮੀਟਿੰਗ ਕਰਨ ਦਾ ਯਤਨ ਕੀਤਾ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਜੇ ਭਾਜਪਾ ਨੂੰ ਵੀ ਬਹੁਮਤ ਨਾ ਮਿਲਿਆ, ਕਾਂਗਰਸ ਨੂੰ ਵੀ ਨਾ ਮਿਲਿਆ, ਪੰਜ ਚਾਰ ਪਾਰਟੀਆਂ ਜੇ ਮੇਰੇ ਕਨਵੀਨਰਸ਼ਿਪ ਦੇ ਹੇਠ ਇਕੱਠੀਆਂ ਹੋ ਜਾਣ ਤਾਂ ਹੋ ਸਕਦਾ ਪ੍ਰਧਾਨ ਮੰਤਰੀ ਬਣਨ ਦਾ ਚਾਂਸ ਹੀ ਮੇਰਾ ਲੱਗ ਜਾਏ। ਇਹਦੇ ਤੋਂ ਬਾਅਦ ਹੁਣ ਬੀਬੀ ਮਮਤਾ ਬੈਨਰਜੀ ਨੇ ਚੱਕਣ ਚੱਕਿਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਤੇਲੰਗਾਨਾ ਸੂਬੇ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਉਹ ਗਏ ਸੀ ਬੀਬੀ ਮਮਤਾ ਬੈਨਰਜੀ ਨੂੰ ਮਿਲਣ ਤੇ ਜਾ ਕੇ, ਕਹਿੰਦੇ ਬੀਬੀ ਜੀ ਤੁਹਾਡੇ ਕੋਲ ਤਾਂ ਬੜੇ ਵੀ 35-36 ਬੰਦੇ, ਮੈਨੂੰ ਪਤਾ ਲੱਗਿਆ ਲੋਕ ਸਭਾ ਦੇ ਮੈਂਬਰ ਨੇ 12-13, ਤੁਹਾਡੇ ਕੋਲ ਰਾਜ ਸਭਾ ਦੇ ਮੈਂਬਰ ਨੇ 45-46 ਬੰਦੇ ਹੋ ਗਿਆ, ਤੁਸੀਂ ਕਿਹਨੂੰ ਮੰਨਦੇ ਆ, ਤੀਜਾ ਮੋਰਚਾ ਬਣਾਓ, ਅਸੀਂ ਤੁਹਾਡੇ ਨਾਲ ਖੜੇ ਹਾਂ। ਬੀਬੀ ਮਮਤਾ ਬੈਨਰਜੀ ਦਾ ਹੌਸਲਾ ਵੱਧ ਗਿਆ। ਉਹ ਮੀਟਿੰਗ ਅਜੇ ਖਤਮ ਹੀ ਹੋਈ ਸੀ, ਚੰਦਰ ਬਾਬੂ ਨਾਇਡੂ ਦਾ ਟੈਲੀਫੋਨ ਆ ਗਿਆ ਚਾਹ ਪੀਂਦਿਆਂ ਪੀਂਦਿਆਂ। ਚੰਦਰ ਬਾਬੂ ਨਾਇਡੂ ਹੋਰੀ ਕਹਿੰਦੇ ਕਿ ਮੈਂ ਹੁਣੇ ਹੁਣੇ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡਿਆ, ਕਮਲ ਦੇ ਫੁੱਲ ਦੇ ਵਿੱਚੋਂ ਬਹੁਤੀਆਂ ਹੁਣ ਮਹਿਕਾਂ ਨਹੀਂ ਆਉਂਦੀਆਂ, ਇਸ ਕਰਕੇ ਬੀਬੀ ਜੀ ਮੈਂ ਤੁਹਾਨੂੰ ਵਧਾਈ ਦਿੰਦਾ, ਤੁਸੀਂ ਤੀਸਰਾ ਮੋਰਚਾ ਬਣਾਓ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਤੌਰ ਤੇ ਮੈਂ ਵੀ ਤੁਹਾਡੇ ਨਾਲ ਖੜਾ। ਹੁਣ ਉਹਦੇ ਤੋਂ ਬਾਅਦ ਬੀਬੀ ਮਮਤਾ ਬੈਨਰਜੀ 4 ਦਿਨਾਂ ਦੇ ਲਈ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਛੁੱਟੀ ਲੈ ਕੇ ਦਿੱਲੀ ਆ ਗਏ। ਉਹਨਾਂ ਨੇ ਸਭ ਤੋਂ ਪਹਿਲਾਂ ਸ਼ਰਦ ਪਵਾਰ ਦੇ ਨਾਲ ਮੁਲਾਕਾਤ ਕੀਤੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਦੇ ਨਾਲ, ਮਹਾਰਾਸ਼ਟਰ ਚ ਸਰਗਰਮ ਨੇ 30 ਮਿੰਟ ਮੁਲਾਕਾਤ ਕੀਤੀ ਤੇ ਨਾਲ ਉਹਨਾਂ ਨੇ ਵੀ ਕਿਹਾ ਕਿ ਰਾਜਨੀਤੀ ਆ ਭਾਈ, ਰਾਜਨੀਤੀ ਦੇ ਵਿੱਚ ਰਾਜਨੀਤਿਕ ਲੋਕਾਂ ਨੂੰ ਮਿਲਾਂਗੇ ਤਾਂ ਕੰਮ ਚੱਲੂ। ਇਹਦੇ ਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਕਿ ਭਾਈ ਉੱਤਰ ਪ੍ਰਦੇਸ਼ ਸਭ ਤੋਂ ਇੰਪੋਰਟੈਂਟ ਹੈ, ਬੀਬੀ ਨੇ ਕਿਹਾ ਕਿ ਜੇ ਮਾਇਆਵਤੀ ਅਖਿਲੇਸ਼ ਯਾਦਵ ਸੱਦਣਗੇ ਨਾ ਕਿ ਸਾਨੂੰ ਯੂਪੀ ਆ ਕੇ ਮਿਲੋ ਤਾਂ ਮੈਂ ਪੈਰ ਜੁੱਤੀ ਨਾ ਪਾਊ, ਜਿੱਦਾਂ ਦੇ ਵੀ ਮੈਂ ਸਲੀਪਰ ਪਾਉਣੀ ਹੈ, ਉਸੇ ਵੇਲੇ ਉੱਤਰ ਪ੍ਰਦੇਸ਼ ਜਾ ਕੇ ਮਾਇਆਵਤੀ ਤੇ ਅਖਿਲੇਸ਼ ਯਾਦਵ ਨੂੰ ਵੀ ਜਿਹੜਾ ਉਹ ਬਿਲਕੁਲ ਮੈਂ ਮਿਲ ਲੂੰ। ਇਹਦੇ ਤੋਂ ਇਲਾਵਾ ਹੁਣ ਮਮਤਾ ਬੈਨਰਜੀ ਨੇ ਦਿੱਲੀ ਦੇ ਵਿੱਚ ਕਿਹਦੇ ਕਿਹਦੇ ਨਾਲ ਮੁਲਾਕਾਤ ਕੀਤੀ ਹੈ, ਬਹੁਤ ਇੰਪੋਰਟੈਂਟ ਹੈ। ਸ਼ਿਵ ਸੈਨਾ ਦੇ ਸੰਜੇ ਰਾਊਤ, ਉਧਮ ਠਾਕਰੇ ਤੋਂ ਬਾਅਦ ਸਭ ਤੋਂ ਵੱਡੇ ਲੀਡਰ ਨੇ, ਮੁਲਾਕਾਤ ਉਹਦੇ ਨਾਲ ਵੀ ਕਰ ਲਈ। ਮੀਸਾ ਭਾਰਤੀ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਹੈ, ਮੁਲਾਕਾਤ ਉਹਦੇ ਨਾਲ ਵੀ ਹੋ ਗਈ। ਵਾਈ ਐਸ ਚੌਧਰੀ ਤੇਲਗੂ ਦੇਸਮ ਪਾਰਟੀ ਦੇ ਲੀਡਰ ਨੇ, ਮੁਲਾਕਾਤ ਉਹਨਾਂ ਦੇ ਨਾਲ ਵੀ ਹੋ ਗਈ। TRS ਜਿਹੜੀ ਕਿ ਆਂਧਰ ਪ੍ਰਦੇਸ਼ ਦੀ ਹੀ ਇੱਕ ਪਾਰਟੀ ਹੈ, ਕੇ ਕਵਿਤਾ, ਉਹਨਾਂ ਦੀ ਲੀਡਰ ਦੇ ਨਾਲ ਵੀ ਮੁਲਾਕਾਤ। ਪਿਨਾਕੀ ਮਿਸ਼ਰਾ ਉੜੀਸਾ ਦੇ ਵਿੱਚ ਸੱਤਾਧਾਰੀ ਬੀਜੂ ਜਨਤਾ ਦਲ ਦੀ ਬਹੁਤ ਵੱਡੀ ਲੀਡਰ ਹੈ, ਉਹਨਾਂ ਦੇ ਨਾਲ ਵੀ ਮੁਲਾਕਾਤ ਹੋ ਗਈ। ਕਰੁਣਾਨਿਧੀ ਦੀ ਪਾਰਟੀ ਹੈ DMK, ਉਹਦੀ ਬੇਟੀ ਕਨੀ ਮੋਜੀ ਦੇ ਨਾਲ ਵੀ ਮੁਲਾਕਾਤ ਹੋ ਗਈ, ਜਿਹੜੀ ਹੁਣੇ ਹੁਣੇ ਇੱਕ ਸਪੈਕਟ੍ਰਮ ਨਾਂ ਦੇ ਘੁਟਾਲੇ ਦੇ ਵਿੱਚੋਂ ਕਹਿੰਦੀ ਆ ਕਿ ਮੈਂ ਪੱਕੇ ਤੌਰ ਤੇ ਬਰੀ ਹੋ ਗਈ। ਸੋ ਕੁੱਲ ਮਿਲਾ ਕੇ ਸੁਖਨੈਬ ਜੀ, ਇਹ ਜਿਨ੍ਹਾਂ ਜਿਨ੍ਹਾਂ ਧਿਰਾਂ ਦੇ ਨਾਲ ਇਸ ਵੇਲੇ ਸਿਆਸੀ ਤੌਰ ਦੇ ਉੱਤੇ ਬੀਬੀ ਮਮਤਾ ਬੈਨਰਜੀ ਨੇ ਮੁਲਾਕਾਤਾਂ ਕੀਤੀਆਂ, ਉਹਨਾਂ ਦੇ 172 ਸੰਸਦ ਮੈਂਬਰ ਨੇ, ਜੇ ਸਮਾਜਵਾਦੀ ਪਾਰਟੀ ਦੇ ਨਾਲ ਦੀ ਨਾਲ ਬਹੁਜਨ ਸਮਾਜ ਪਾਰਟੀ ਨੂੰ ਵੀ ਇਹਨਾਂ ਦੇ ਨਾਲ ਤੇ ਕਾਮਰੇਡ ਵੀ ਨਾਲ ਪਾ ਲਈਏ। ਹੁਣ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਕੋਲ 275 ਸੀਟਾਂ ਨੇ। ਜੇ ਬੀਬੀ ਮਮਤਾ ਬੈਨਰਜੀ ਇਸ ਵੇਲੇ ਕਾਂਗਰਸ ਪਾਰਟੀ ਦੀ ਬੀਬੀ ਸੋਨੀਆ ਗਾਂਧੀ ਨੂੰ ਵੀ ਮਿਲਣਗੇ, ਉਹ ਕਹਿੰਦੇ ਕਿ ਜ਼ਰੂਰੀ ਹੈ ਭਾਈ ਅਸੀਂ ਮਿਲਣਾ ਹੈ, ਤੇ ਜਦੋਂ ਮਿਲਾਂਗੇ ਤਾਂ ਕਹਿੰਦੇ ਫਿਰ ਹੀ ਗੱਲਾਂ ਬਾਤਾਂ ਅੱਗੇ ਚੱਲਣਗੀਆਂ। ਜਿਸ ਤਰੀਕੇ ਦੇ ਨਾਲ ਬੀਬੀ ਮਮਤਾ ਬੈਨਰਜੀ ਤੇ ਬੀਬੀ ਸੋਨੀਆ ਗਾਂਧੀ ਨਾਲ ਨਾਲ ਤੁਰਦੇ ਹੋਏ ਵੀ ਅੱਡ ਅੱਡ ਮੀਟਿੰਗਾਂ ਕਰਨ ਦੇ ਵਿੱਚ ਸੁਖਨੈਬ ਜੀ ਲੱਗੇ ਹੋਏ ਨੇ, ਇਹਦਾ ਮਤਲਬ ਹੈ ਕਿ 2-3 ਪਰਤਾਂ ਦੇ ਵਿੱਚ ਸਾਰਾ ਕੰਮ ਚੱਲ ਰਿਹਾ। ਇੱਕ ਇਸ ਵੇਲੇ ਵਿਰੋਧੀ ਪਾਰਟੀਆਂ BJP ਦੀਆਂ ਵਿਰੋਧੀ ਜਿਹੜੀਆਂ ਸੋਚ ਰਹੀਆਂ ਕਿ ਸਾਨੂੰ BJP ਦਾ ਵਿਰੋਧ ਤਾਂ ਕਰਨਾ ਹੀ ਚਾਹੀਦਾ, ਦੂਸਰਾ ਇਹ ਸੋਚ ਰਹੀਆਂ ਕਿ BJP ਦਾ ਵਿਰੋਧ ਇਕੱਠੇ ਹੋ ਕੇ ਕਰੀਏ ਤਾਂ ਲੀਡਰ ਕੌਣ ਹੋਏਗਾ, ਬੀਬੀ ਸੋਨੀਆ ਗਾਂਧੀ ਹੋਏਗੀ, ਰਾਹੁਲ ਗਾਂਧੀ ਹੋਏਗੀ, ਜਾਂ ਫਿਰ ਮਮਤਾ ਬੈਨਰਜੀ ਹੋਏਗੀ। ਤੀਸਰੇ ਪਾਸੇ ਇਹ ਵੀ ਕਿਤੇ ਨਾ ਕਿਤੇ ਰੁਝਾਨ ਮੰਨਿਆ ਜਾ ਰਿਹਾ ਕਿ ਆਪਾਂ ਕਿਉਂ ਨਾ ਅੱਡ ਅੱਡ ਹੋ ਕੇ ਚੋਣਾਂ ਲੜ ਲਈਏ, ਤੇ ਉਹਦੇ ਤੋਂ ਬਾਅਦ ਇਕੱਠੇ ਹੋ ਕੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਫਿਰ ਭਾਰਤੀ ਜਨਤਾ ਪਾਰਟੀ ਨੂੰ ਭਾਂਜ ਦੇਣ ਦਾ ਯਤਨ ਕਰੀਏ। ਦੇਖੋ ਸਿਆਸੀ ਤੌਰ ਤੇ ਸਰਗਰਮੀਆਂ ਜਿਹੜੀਆਂ ਕੇਂਦਰੀ ਰਾਜਨੀਤੀ ਦੀਆਂ ਸਿਖਰਾਂ ਤੇ ਨੇ, ਸਿੱਟੇ ਵੀ ਨਿਕਲਦੇ ਆ, ਸੁਖਰੈਬ ਜੀ ਆਉਣ ਵਾਲਾ ਸਮਾਂ ਦੱਸੇਗਾ ਜੀ। ਤੇ ਪੰਜਾਬ ਦੀਆਂ ਪੇਂਡੂ ਡਿਸਪੈਂਸਰੀਆਂ ਵੀ ਖੁਦ ਬਿਮਾਰ ਨੇ ਜੀ। ਸੁਖਨੈਬ ਜੀ, ਪੇਂਡੂ ਡਿਸਪੈਂਸਰੀਆਂ ਦਾ ਮਸਲਾ ਸੱਚੀ ਮੁੱਚੀ ਬੜਾ ਖਤਰਨਾਕ ਜਿਹਾ ਹੋ ਗਿਆ, ਕਿਉਂਕਿ ਜਦੋਂ ਮੌਸਮ ਬਦਲਦਾ ਛੋਟੀਆਂ ਛੋਟੀਆਂ ਬਿਮਾਰੀਆਂ ਜਿਹੜੀਆਂ ਪਿੰਡਾਂ ਸ਼ਹਿਰਾਂ ਕਸਬਿਆਂ ਹਰ ਥਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ, ਤੇ ਪੰਜਾਬ ਦੀ ਸਰਕਾਰ ਨੇ 2 ਤਰ੍ਹਾਂ ਦੀਆਂ ਪੇਂਡੂ ਡਿਸਪੈਂਸਰੀਆਂ ਖੋਲੀਆਂ ਹੋਈਆਂ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ। ਇੱਕ ਪੇਂਡੂ ਡਿਸਪੈਂਸਰੀਆਂ ਉਹ ਨੇ ਜਿਹੜੀਆਂ ਕਿ ਸਿਹਤ ਵਿਭਾਗ ਦੇ ਅਧੀਨ ਸਿੱਧੀਆਂ ਕੰਮ ਕਰਦੀਆਂ। ਉਹਨਾਂ ਡਿਸਪੈਂਸਰੀਆਂ ਦੇ ਵਿੱਚ 283 ਤਰ੍ਹਾਂ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ। ਦੂਸਰੇ ਪਾਸੇ
ਇੱਕ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧੀਨ ਡਿਸਪੈਂਸਰੀਆਂ ਨੇ, ਉੱਥੇ 56 ਕਿਸਮ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ। ਪਰ ਹੁਣ 6-6 ਮਹੀਨੇ ਹੋ ਗਏ, ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀ ਸਿਹਤ ਦੇ ਲਈ ਜ਼ਿੰਮੇਵਾਰ ਇਹ ਪੇਂਡੂ ਡਿਸਪੈਂਸਰੀਆਂ ਆਪ ਬਿਮਾਰ ਨੇ, ਕਿਉਂਕਿ 6-6 ਮਹੀਨਿਆਂ ਤੋਂ ਇਹਨਾਂ ਨੂੰ ਦਵਾਈਆਂ ਦੀ ਕੋਈ ਸਪਲਾਈ ਨਹੀਂ ਦਿੱਤੀ ਗਈ। ਸਿੱਟਾ ਕੀ ਨਿਕਲਿਆ? ਬੁਖਾਰ, ਦਰਦ, ਐਲਰਜੀ, ਸ਼ੱਕਰ ਰੋਗ, ਵੋਮਿਟਿੰਗ, ਸਾਰੀਆਂ ਦਵਾਈਆਂ ਮੁੱਕੀਆਂ ਹੋਈਆਂ। ਇੱਥੋਂ ਤੱਕ ਕਿ ਜੇ ਕਿਸੇ ਦੇ ਸੱਟ ਲੱਗ ਜਾਵੇ, ਕੋਈ ਜ਼ਖਮ ਹੋ ਜਾਵੇ, ਤਾਂ ਪੱਟੀਆਂ ਤੱਕ ਕਰਨ ਨੂੰ ਹੈ ਨਹੀਂ। ਦੂਸਰੇ ਪਾਸੇ ਦਵਾਈਆਂ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਝ ਬਾਕੀ ਠੀਕ ਹੈ। ਇਸ ਵੇਲੇ 1183 ਡਿਸਪੈਂਸਰੀਆਂ ਦੇ ਵਿੱਚੋਂ 40% ਡਿਸਪੈਂਸਰੀਆਂ ਦੇ ਵਿੱਚ ਡਾਕਟਰ ਵੀ ਹੈ ਨਹੀਂ। ਇੱਕ ਇੱਕ ਡਾਕਟਰ ਨੂੰ 2-2, 3-3 ਡਿਸਪੈਂਸਰੀਆਂ ਦਾ ਚਾਰਜ ਦਿੱਤਾ ਹੋਇਆ ਕਿ ਭਾਈ ਤੁਸੀਂ ਸਾਰਾ ਕੁਝ ਜਿਹੜਾ ਉਹ ਚੰਗੇ ਤਰੀਕੇ ਦੇ ਨਾਲ ਸਾਂਭ ਲਓ ਜੇ ਸਾਂਭ ਸਕਦੇ ਹੋ। ਤੇ ਜਿਹਨਾਂ ਡਿਸਪੈਂਸਰੀਆਂ ਦੇ ਵਿੱਚ ਡਾਕਟਰ ਬਿਲਕੁਲ ਨਹੀਂ ਜਾਂਦਾ, ਉੱਥੇ ਫਾਰਮਾਸਿਸਟ ਕੰਮ ਕਰ ਚਲਾਈ ਫਿਰਦੇ ਆ। ਤੇ ਦੂਸਰੀ ਗੱਲ ਕਿ ਬਹੁਤੇ ਡਾਕਟਰਾਂ ਨੂੰ ਵੀ ਨਵੰਬਰ ਮਹੀਨੇ ਤੋਂ ਬਾਅਦ ਤਨਖਾਹ ਨਹੀਂ ਮਿਲੀ, ਕਿ ਜਿੰਨੇ ਕੁ ਡਾਕਟਰ ਆਪਣੇ ਕੋਲ ਹੈਗੇ ਆ ਜਿਹਨਾਂ ਨੂੰ 2-2, 3-3 ਡਿਸਪੈਂਸਰੀਆਂ ਦਾ ਆਪਾਂ ਕੰਮ ਦਿੱਤਾ ਹੋਇਆ, ਉਹਨਾਂ ਦੇ ਵਿੱਚੋਂ ਵੀ ਬਹੁਤੇ ਡਾਕਟਰ ਨਵੰਬਰ ਮਹੀਨੇ ਤੋਂ ਬਾਅਦ ਫਾਕੇ ਕੱਟ ਰਹੇ ਆ। ਉਹ ਭਾਈ ਉਹਨਾਂ ਦੇ ਟੱਬਰ ਹੈ ਨਹੀਂ, ਉਹ ਰੋਟੀ ਨਹੀਂ ਖਾਂਦੇ, ਉਹਨਾਂ ਨੇ ਕਦੇ ਦਵਾਦਾਰੂ ਨਹੀਂ ਲਿਆਉਣੀ ਹੁੰਦੀ, ਜਾਂ ਉਹਦੇ ਕਦੇ ਹੋਰ ਖਰਚੇ ਨਹੀਂ ਹੈਗੇ। ਇੱਥੋਂ ਤੱਕ ਕਿ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਪੇਂਡੂ ਡਿਸਪੈਂਸਰੀਆਂ ਦੇ ਡਾਕਟਰ ਨੇ ਸੁਖਨੈਬ ਜੀ, ਉਹਨਾਂ ਨੂੰ ਤਾਂ ਸਤੰਬਰ ਮਹੀਨੇ ਤੋਂ ਬਾਅਦ ਤਨਖਾਹ ਨਹੀਂ ਮਿਲੀ। 7-7, 8-8 ਮਹੀਨੇ ਹੋ ਗਏ, ਤਨਖਾਹਾਂ ਤੋਂ ਵੀ ਬਾਂਝੇ ਬੈਠੇ ਹੈ। ਤੇ ਜਦੋਂ ਉਹਨਾਂ ਦੇ ਸੂਬਾ ਪ੍ਰਧਾਨ ਨੂੰ ਪੁੱਛਿਆ ਗਿਆ ਕਿ ਹਾਲਾਤ ਕੀ ਨੇ, ਡਾਕਟਰ ਜਗਜੀਤ ਸਿੰਘ ਬਾਜਵਾ ਨੂੰ, ਉਹ ਕਹਿੰਦੇ ਜੀ ਦੇਖੋ ਹੁਣ ਤਾਂ ਮਰੀਜ਼ ਵੀ ਆ ਕੇ ਟੌਂਟ ਮਾਰ ਜਾਂਦੇ ਆ ਕਿ ਭਾਈ ਜੇ ਦਵਾਈਆਂ ਹੈ ਨਹੀਂ ਤਾਂ ਇੱਥੇ ਬੈਠੇ ਹੀ ਕਰਦੇ ਹੋ, ਘਰੇ ਰਹਿ ਲੈਂਦੇ, ਆਉਣ ਦੀ ਕੀ ਲੋੜ ਸੀ। ਪਰ ਹੁਣ ਜੇ ਪੰਜਾਬ ਦੀਆਂ ਪੇਂਡੂ ਡਿਸਪੈਂਸਰੀਆਂ ਦੇ ਹਾਲਾਤ ਇਹੀ ਰਹੇ, ਤਨਖਾਹਾਂ ਵੀ ਰੁਕੀਆਂ ਰਹੀਆਂ ਤੇ ਦਵਾਈਆਂ ਵੀ ਰੁਕੀਆਂ ਰਹੀਆਂ, ਤਾਂ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਸੁਖਨੈਬ ਜੀ ਫਿਰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਰੱਬ ਹੀ ਰਾਖਾ ਜੀ। ਰੱਬ ਰਾਖਾ, ਰੱਬ ਤੇਰਾ ਰਾਖਾ ਮੇਰੀ ਚੱਲ ਰਹਿਣਗੇ। ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਫੰਡਾਂ ਦੀ ਘਾਟ ਆ ਗਈ ਜੀ ਸੁਖਨੈਬ ਜੀ, ਉੱਥੇ ਵੀ ਕੰਮ ਬਹੁਤਾ ਹੇਠਾਂ ਨੂੰ ਚਲੇ ਗਿਆ, ਕਿਉਂਕਿ ਹੁਣੇ ਹੁਣੇ ਕੈਪਟਨ ਸਾਹਿਬ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ 6% ਗ੍ਰਾਂਟ ਦੇ ਵਿੱਚ ਵਾਧਾ ਕਰ ਦਿੰਦੇ ਹਾਂ, ਕੁੱਲ ਜਿੰਨੇ ਪੈਸੇ ਦਿੰਦੇ ਹਾਂ ਜੇ 100 ਰੁਪਈਆ ਦਿੰਦੇ ਹਾਂ ਤੇ 106 ਰੁਪਈਏ ਦੇਵਾਂਗੇ। ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਲੱਗਾ ਸੀ ਕਿ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਮਸਲਾ ਹੈ ਉਹ ਹੱਲ ਹੋਜੂ, ਪਰ ਅਜੇ ਤੱਕ ਵੀ ਜਿਹੜੇ ਵਾਈਸ ਚਾਂਸਲਰ ਸਾਹਿਬ ਨੇ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਜਦੋਂ ਇਸ ਮਸਲੇ ਦੀ ਸੁਣਵਾਈ ਸੀ ਤਾਂ ਉੱਥੇ ਜਾ ਕੇ ਕਹਿਤਾ ਕਿ 6% ਨਾਲ ਸਾਡਾ ਕੱਖ ਨਹੀਂ ਬਣਨਾ, ਕਿਉਂਕਿ 3% ਤਾਂ ਇਸ ਵੇਲੇ ਜਿਹੜਾ ਇੰਨਾ ਘੱਟ ਹੈ ਇੰਕਰੀਮੈਂਟ ਦੇ ਵਿੱਚ ਹੀ ਲੰਘ ਜਾਣੀ ਹੈ, ਤੇ 3% ਬਾਕੀ ਰਹੇ ਯੂਨੀਵਰਸਿਟੀ ਦੇ ਖਰਚੇ ਕਿੱਥੋਂ ਚਲਾਉਣੇ ਆ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਰੁਣ ਗਰੋਵਰ ਜਿਹੜੇ ਕਿ ਵਾਈਸ ਚਾਂਸਲਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ, ਉਹਨਾਂ ਨੇ ਜਨਤਕ ਰੂਪ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਭਾਈ ਜੇ ਹਾਲਾਤ ਆਹੀ ਰਹਿ, ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਨੇ ਗਰਾਂਟਾਂ ਨਾ ਵਧਾਈਆਂ ਤੇ ਸਮੇਂ ਸਿਰ ਨਾ ਦਿੱਤੀਆਂ, ਸਾਨੂੰ ਯੂਨੀਵਰਸਿਟੀ ਨੂੰ ਜਿੰਦਰਾ ਮਾਰਨਾ ਪੈ ਜੂ। ਉਹਦੇ ਤੋਂ ਬਾਅਦ ਜਸਟਿਸ ਅਜੇ ਕੁਮਾਰ ਮਿੱਤਲ ਤੇ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਇਹਨਾਂ ਦੇ ਸਾਂਝੇ ਬੈਂਚ ਦੇ ਕੋਲ ਇਹ ਮਸਲਾ ਚੱਲ ਰਿਹਾ। ਹੁਣ ਉੱਥੇ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਦੇਖੋ ਜੀ ਅਸੀਂ ਤਾਂ ਜਿੰਨੇ ਕੁ ਪੈਸੇ ਦੇ ਸਕਦੇ ਹਾਂ ਉਨੇ ਕੁ ਦਿੱਤੇ ਹੈ, ਹਾਲ ਦੀ ਘੜੀ ਇੰਨੇ ਦੇ ਸਕਦੇ ਹਾਂ, ਜੇ ਭਲਕ ਨੂੰ ਹੱਥ ਥੋੜ ਜਾ ਠੀਕ ਹੋ ਗਿਆ ਖੁੱਲਾ ਹੋ ਗਿਆ ਤਾਂ ਪੈਸੇ ਹੋਰ ਵੀ ਦੇ ਦਿਆਂਗੇ। ਪਰ ਉਹ ਕਹਿੰਦੇ ਕਿ ਦੇਖੋ ਹਰਿਆਣੇ ਤੇ ਹਿਮਾਚਲ ਪ੍ਰਦੇਸ਼ ਤੋਂ ਵੀ ਤਾਂ ਵਿਦਿਆਰਥੀ ਆਉਂਦੇ ਹੈ, ਉਹਨਾਂ ਦੀਆਂ ਸਰਕਾਰਾਂ ਤੋਂ ਵੀ ਗਰੰਟਾਂ ਲਈਆਂ ਜਾਣ, 4 ਪੈਸੇ ਉਹ ਵੀ ਦੇ ਦੇਣ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਹਰਿਆਣੇ ਦੇ ਕੁਝ ਇੱਕ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਜੋੜਨ ਦੀ ਗੱਲ ਚੱਲੀ ਸੀ ਤਾਂ ਉਦੋਂ ਪੰਜਾਬ ਨੇ ਠੋਕ ਕੇ ਵਿਰੋਧ ਕਰਤਾ ਸੀ ਸਰਕਾਰ ਨੇ ਕਿ ਬਿਲਕੁਲ ਨਹੀਂ ਜੋੜਨੇ, ਤੁਸੀਂ ਹੌਲੀ ਹੌਲੀ ਯੂਨੀਵਰਸਿਟੀ ਜਿਹੜੀ ਹੈ ਉਹਨੂੰ ਆਪਣੇ ਅਧੀਨ ਲੈਣ ਦਾ ਯਤਨ ਕਰਨਾ। ਤੇ ਹੁਣ ਜਦੋਂ ਗ੍ਰਾਂਟ ਦੀ ਵਾਰੀ ਆਈ, ਕਿਉਂਕਿ 40 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਦੇਣਾ ਹੁੰਦਾ ਤੇ 60 ਕਰੋੜ ਕੇਂਦਰ ਨੇ, ਤਾਂ ਉਸ ਮੁੱਦੇ ਦੇ ਉੱਤੇ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਜਿਹੜੀ ਹੈ ਪੈਰ ਪਛਾਂ ਖਿੱਚਦੀ ਨਜ਼ਰ ਆ ਰਹੀ ਹੈ। ਤੇ ਦੂਸਰੇ ਪਾਸੇ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਹੈ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਭਾਈ ਯੂਨੀਵਰਸਿਟੀ ਦੀਆਂ ਸੜਕਾਂ ਦੀ ਦੇਖ ਰੇਖ ਕਿਉਂ ਨਹੀਂ ਕਰਦੇ, ਤੁਸੀਂ ਯੂਨੀਵਰਸਿਟੀ ਦੇ ਵਿੱਚ ਹੋਰ ਜਿਹੜੀਆਂ ਤੁਹਾਡੀਆਂ ਸੇਵਾਵਾਂ ਨੇ ਕਿਉਂ ਨਹੀਂ ਦਿੰਦੇ। ਉਹ ਕਹਿੰਦੇ ਜੀ ਦੇਖੋ ਅਸੀਂ ਕਿਵੇਂ ਉਹਨਾਂ ਦੀਆਂ ਸੜਕਾਂ ਦੀ ਦੇਖ ਰੇਖ ਕਰ ਲਈਏ, ਅਸੀਂ ਕਿਵੇਂ ਬਾਕੀ ਕੰਮ ਕਰ ਦਈਏ ਜੇ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਲਈਆਂ। ਚੰਡੀਗੜ੍ਹ ਦੇ ਵਿੱਚ ਬਥੇਰੇ ਕਾਲਜ ਨੇ, ਬਥੇਰੇ ਇੰਸਟੀਟਿਊਸ਼ਨ ਨੇ, ਸਾਰਿਆਂ ਨੇ ਸਾਡੇ ਉੱਤੇ ਦਬਾਅ ਪਾਉਣਾ ਕਿ ਤੁਸੀਂ ਜਿਹੜਾ ਕੰਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਕਰਦੇ ਹੋ ਉਹ ਇੱਥੇ ਵੀ ਕਰੋ। ਅਸਲ ਦੇ ਵਿੱਚ ਹੁਣ ਤਾਂ ਯੂਨੀਵਰਸਿਟੀ ਨੂੰ ਕਿਹਾ ਜਾ ਰਿਹਾ ਕਿ ਸੜਕਾਂ ਵੀ ਤੁਸੀਂ ਆਪ ਹੀ ਬਣਾਓ, ਫੁੱਟਪਾਥ ਵੀ ਆਪ ਹੀ ਬਣਾਓ, ਟਰਾਂਸਫਾਰਮਰ ਖਰਾਬ ਹੁੰਦਾ ਤੁਸੀਂ ਉਹ ਵੀ ਆਪ ਹੀ ਠੀਕ ਕਰੋ, ਪੈਸਾ ਢਿੱਲਾ ਯੂਨੀਵਰਸਿਟੀ ਦੇ ਕੋਲ ਬਿਲਕੁਲ ਘੱਟ ਹੈ। ਤੇ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਆਪਣੇ ਪੈਰ ਸੁਖਨੈਬ ਜੀ ਪਿਛਾਂ ਖਿੱਚਦਾ ਨਜ਼ਰ ਆ ਰਿਹਾ ਨਾ, ਉਹਨੂੰ ਵੇਖਦਿਆਂ ਤਾਂ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਰਥਿਕ ਤੌਰ ਦੇ ਉੱਤੇ ਹਾਲਾਤ ਜਿਹੜੇ ਨੇ ਬਹੁਤੇ ਮੰਦੜੇ ਹੋਣਗੇ ਜੀ। ਤੇ ਵਿਧਾਨ ਸਭਾ ਦਾ ਸੈਸ਼ਨ ਕੀ ਕਹਿੰਦਾ ਜੀ?
ਸੁਖਨੈਬ ਜੀ ਕੱਲ ਦਾ ਦਿਨ ਲੈ ਦੇ ਕੇ ਬਾਕੀ ਰਹਿ ਗਿਆ, 28 ਤਰੀਕ ਨੂੰ ਕੰਮ ਜਾਣਾ ਨਿਬੜਾ, ਤੇ ਅੱਜ ਐਨ ਪੂਰੀ ਗਹਿਮਾ ਗਹਿਮੀ, ਅੱਜ ਤੀਸਰੀ ਵਾਰ 8 ਦਿਨਾਂ ਦੇ ਵਿੱਚ ਟੱਕਰ ਹੋ ਗਈ, ਫਿਰ ਅਜੇ ਕੱਲ ਦਾ ਦਿਨ ਬਾਕੀ ਹੈ, ਸ਼ਾਇਦ 4th ਵਾਰ ਵੀ ਹੋ ਜਾਏ। ਨਵਜੋਤ ਸਿੰਘ ਸਿੱਧੂ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਿਚਾਲੇ ਇੱਕ ਵਾਰੀ ਫਿਰ ਬਾਹਾਂ ਬਹੁਤ ਟੰਗਣ ਲੱਗ ਪਏ ਸੀ। ਚਲੋ, ਇਹਦੇ ਤੋਂ ਇਲਾਵਾ ਇੱਕ ਨਵਾਂ ਕੰਮ ਵੀ ਅੱਜ ਹੋਇਆ। ਅੱਜ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਉੱਤੇ ਦੋਸ਼ ਲਾਤੇ। ਦੋਸ਼ ਕੀ ਲਾਏ? ਉਹ ਕਹਿੰਦੇ ਜੀ ਦੇਖੋ, ਸਿੰਚਾਈ ਘੁਟਾਲੇ ਦਾ ਕਥਿਤ ਤੌਰ ਤੇ ਮੁਲਜ਼ਮ ਹੈ ਗੁਰਿੰਦਰ ਸਿੰਘ ਠੇਕੇਦਾਰ, ਉਹਨੇ ਰਾਣਾ ਗੁਰਜੀਤ ਸਿੰਘ ਦੇ ਬੈਂਕ ਖਾਤੇ ਦੇ ਵਿੱਚ 5 ਕਰੋੜ ਪਾਏ ਤਾਂ ਪਾਏ ਕਿਉਂ? ਉਹਨਾਂ ਪੰਜਾਬ ਦੀ ਸਰਕਾਰ ਤੋਂ ਮੰਗ ਕੀਤੀ ਕਿ ਜਿੰਨੀ ਛੇਤੀ ਹੋ ਸਕਦਾ ਰਾਣਾ ਗੁਰਜੀਤ ਸਿੰਘ ਤੋਂ 5 ਕਰੋੜ ਰੁਪਇਆ ਵਾਪਸ ਲੈ ਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾ ਕੇ ਲੋਕਾਂ ਦੇ ਵਿਕਾਸ ਤੇ ਖਰਚੋ। ਦੂਸਰੇ ਪਾਸੇ ਰਾਣਾ ਗੁਰਜੀਤ ਸਿੰਘ ਹੋਰੀ ਕਹਿੰਦੇ ਕਿ ਖਹਿਰੇ ਨੂੰ ਮੁੱਢ ਤੇ ਝੂਠ ਬੋਲਣ ਦੀ ਆਦਤ ਆ। ਮੁੱਖ ਮੰਤਰੀ ਸਾਹਿਬ ਵੀ ਪੈ ਗਏ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹ ਕਹਿੰਦੇ ਕਿ ਜਾਂਚ ਜਾਰੀ ਹੈ, ਤੁਸੀਂ ਖਬਰਾਂ ਲਵਾਉਣ ਦੇ ਲਈ ਪੁੱਠਾ ਸਿੱਧਾ ਬੋਲਦੇ ਰਹਿੰਦੇ ਹੋ। ਫਿਰ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਨਿੱਜੀ ਤਕਰਾਰ ਚੱਲ ਪਈ, ਉਹ ਕਵੇ ਤੂੰ ਆਹ ਕਰਦਾ, ਉਹ ਕਵੇ ਤੂੰ ਆਹ ਕਰਦਾ, ਤੇ ਜਦੋਂ ਦੋਵਾਂ ਦੀ ਤੂੰ ਤੂੰ ਮੈਂ ਚੱਲਦੀ ਸੀ ਤਾਂ ਵਿਕਰਮ ਸਿੰਘ ਮਜੀਠੀਆ ਕਹਿੰਦੇ ਦੇਖੋ ਜੀ ਰਾਣਾ ਤੇ ਖਹਿਰਾ ਦਾ ਨਿੱਜੀ ਮਸਲਾ, ਇਹਨਾਂ ਨੂੰ ਕੋ ਵਿਧਾਨ ਸਭਾ ਦੇ ਬਾਅਦ ਜਾ ਕੇ ਗੱਲਾਂ ਬਾਤਾਂ ਕਰਨਾ। ਕਿਉਂ ਕਿਹਾ ਮਜੀਠੀਆ ਸਾਹਿਬ ਨੇ? ਕਿਉਂਕਿ 2 ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਕਿ ਜੇ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਇਸੇ ਤਰੀਕੇ ਰੌਲਾ ਪਾਉਣਾ ਚਾਹੁੰਦੇ ਤੇ ਕਰੀ ਬਾਹਰ ਭੇਜ ਦਿਓ ਕਿ ਭਾਈ ਲਾੜੀ ਲਾਓ ਪਹਿਲਾਂ ਤੁਸੀਂ ਤਸੱਲੀ ਕਰ ਲਓ। ਅੱਜ ਉਹੀ ਗੱਲ ਵਿਕਰਮ ਸਿੰਘ ਮਜੀਠੀਆ ਨੇ ਸੁਖਪਾਲ ਸਿੰਘ ਖਹਿਰਾ ਤੇ ਰਾਣਾ ਗੁਰਜੀਤ ਸਿੰਘ ਨੂੰ ਕਹਿਤੀ। ਇਹਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਸਪੀਕਰ ਨੂੰ ਬੇਨਤੀ ਕੀਤੀ ਕਿ ਖਹਿਰੇ ਦੇ ਖਿਲਾਫ਼ ਕਾਰਵਾਈ ਕਰੋ, ਕਿਉਂਕਿ ਖਹਿਰਾ ਨੇ ਇੱਕ ਅਖਬਾਰ ਦੇ ਨਾਲ ਇੰਟਰਵਿਊ ਕਰਦਿਆਂ ਕਹਿੰਦੇ ਕਹਿ ਦਿੱਤਾ ਸੀ ਕਿ ਸਾਰੇ ਪੰਜਾਬ ਦੇ ਕਾਂਗਰਸੀ ਵਿਧਾਇਕ ਜਿਹੜੇ ਨੇ ਉਹ ਮਾਈਨਿੰਗ ਦੇ ਕੰਮ ਦੇ ਵਿੱਚ ਸ਼ਾਮਿਲ ਹੈ। ਖਹਿਰਾ ਸਾਹਿਬ ਕਹਿੰਦੇ ਮੈਂ ਕਿਸੇ ਅਖਬਾਰ ਨੂੰ ਇੱਦਾਂ ਦਾ ਕੋਈ ਬਿਆਨ ਨਹੀਂ ਦਿੱਤਾ, ਨਾ ਮੈਂ ਵਿਧਾਨ ਸਭਾ ਦੇ ਵਿੱਚ ਕੁਝ ਆਖਿਆ। ਤੇ ਦੂਸਰੇ ਪਾਸੇ ਅਮਨ ਅਰੋੜਾ ਨੇ ਇੱਕ ਬਿੱਲ ਪੇਸ਼ ਕੀਤਾ ਸੀ ਸੁਖਰੈਬ ਜੀ, ਅੱਜ ਬਹੁਤ ਮਹੱਤਵਪੂਰਨ ਪ੍ਰਾਈਵੇਟ ਬਿੱਲ ਸੀ ਵੈਸੇ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਇੱਦਾਂ ਦਾ ਇੱਕ ਮਤਾ ਪਾਸ ਕਰਕੇ ਕਾਨੂੰਨ ਬਣਾ ਦਿਓ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਿ ਜੇ ਕੋਈ ਪੰਜਾਬ ਵਿਧਾਨ ਸਭਾ ਦਾ ਮੈਂਬਰ ਭਾਵੇਂ ਸਧਾਰਨ ਮੈਂਬਰ ਹੈ, ਭਾਵੇਂ ਮੰਤਰੀ ਹੈ ਤੇ ਭਾਵੇਂ ਮੁੱਖ ਮੰਤਰੀ ਹੈ, ਜੇ ਉਹ ਕਨਫਲਿਕਟ ਆਫ ਇੰਟਰਸਟ ਕਰਦਾ ਹੈ, ਹਿੱਤਾਂ ਦਾ ਟਕਰਾਅ ਹੁੰਦਾ, ਤਾਂ ਫਿਰ 6 ਮਹੀਨਿਆਂ ਦੇ ਅੰਦਰ ਅੰਦਰ ਉਸ ਬੰਦੇ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿਓ। ਹੁਣ ਬਹੁਤੇ ਲੀਡਰਾਂ ਦੇ ਉੱਤੇ ਦੋਸ਼ ਲੱਗਦਾ ਸੀ ਕਿ ਭਾਈ ਉਹਨਾਂ ਨੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਹੈ ਆਪਣਾ ਕਾਰੋਬਾਰ ਵਧਾਉਣ ਦੇ ਲਈ, ਸਰਕਾਰ ਦੀਆਂ ਨੀਤੀਆਂ ਦੇ ਵਿੱਚ ਕੋਈ ਤਬਦੀਲੀ ਕਰਨੀ ਦਾ ਕੋਈ ਕੁਝ, ਤੇ ਜੇ ਕਿਤੇ ਹਿੱਤਾਂ ਦੇ ਟਕਰਾਅ ਦਾ ਉਹ ਮਸਲਾ ਸਾਬਿਤ ਹੋ ਜਾਏ ਤਾਂ ਫਿਰ 6 ਮਹੀਨੇ ਦੇ ਅੰਦਰ ਅੰਦਰ ਉਹਦੀ ਮੈਂਬਰਸ਼ਿਪ ਖਤਮ ਕਰਤੀ ਜਾਏ। ਹਾਲਾਂਕਿ ਸਪੀਕਰ ਸਾਹਿਬ ਨੇ ਆਗਿਆ ਨਹੀਂ ਦਿੱਤੀ, ਕਹਿੰਦੇ ਨਹੀਂ ਬਈ ਹੁਣ ਤਾਂ ਸਮਾਂ ਹੀ ਬਹੁਤ ਥੋੜਾ ਰਹਿ ਗਿਆ, ਕੱਲ ਨੂੰ ਆਖਰੀ ਦਿਨ ਹੈ ਤੇ ਆਪਾਂ ਹੁਣ ਕੱਲ ਨੂੰ ਹੀ ਜਿਹੜਾ ਵੇਖਾਂਗੇ ਕਿ ਇੱਦਾਂ ਦਾ ਕੋਈ ਮਤਾ ਪੇਸ਼ ਕੀਤਾ ਜਾ ਸਕਦਾ ਕਿ ਨਹੀਂ ਜਾ ਸਕਦਾ। ਪਰ ਆਮ ਆਦਮੀ ਪਾਰਟੀ ਨੇ ਜਦੋਂ ਅਮਨ ਅਰੋੜਾ ਦੇ ਇਸ ਮਤੇ ਬਾਰੇ ਦੇਖਿਆ ਕਿ ਉਹਨਾਂ ਨੂੰ ਤਾਂ ਮਤਾ ਪੇਸ਼ ਕਰਨ ਦੀ ਆਗਿਆ ਤੱਕ ਨਹੀਂ ਦਿੱਤੀ, ਤਾਂ ਉਸੇ ਵੇਲੇ ਫਿਰ ਆਮ ਆਦਮੀ ਪਾਰਟੀ ਵਾਲੇ ਜਿਹੜੇ ਉਹ ਵਾਕਆਊਟ ਕਰ ਗਏ ਤੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਦੇ ਖਿਲਾਫ਼ ਤੇ ਪੰਜਾਬ ਦੀ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਹੁਣ ਵੇਖਦੇ ਹਾਂ ਭਲਕ ਨੂੰ ਜਦੋਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਆਖਰੀ ਦਿਨ ਹੈ ਤਾਂ ਲੋਕਾਂ ਦੇ ਮੁੱਦਿਆਂ ਤੇ ਗੱਲ ਕਿੰਨੀ ਹੁੰਦੀ ਹੈ, ਇੱਕ ਦੂਜੇ ਦੇ ਨਾਲ ਲੜਦਿਆਂ ਭਿੜਦਿਆਂ ਬਾਹਾਂ ਕਿੰਨੀਆਂ ਕੁ ਤੁੰਗੀਆਂ ਜਾਂਦੀਆਂ, ਤੇ ਇਹਦੇ ਨਾਲ ਨਾਲ ਇਸ ਸਦਨ ਦਾ ਜਿਹੜਾ ਬਜਟ ਇਜਲਾਸ ਹੈ ਉਹ ਅਸੀਂ ਲੰਬੇ ਸਮੇਂ ਤੱਕ ਕਿਹੜੇ ਕਿਹੜੇ ਮੁੱਦਿਆਂ ਦੇ ਕਰਕੇ ਚੇਤੇ ਰੱਖਾਂਗੇ, ਉਹ ਭਲਕ ਨੂੰ ਆਪਾਂ ਸਾਰਾ ਕੁਝ ਵਿਸਥਾਰ ਚ ਸਾਂਝਾ ਕਰਾਂਗੇ। ਜੀ ਬਾਰ ਸਾਹਿਬ, ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਆਪਾਂ ਸਰੋਤੇ ਸੱਜਣਾਂ ਦੀਆਂ ਕਾਲਾਂ ਲਵਾਂਗੇ ਜੀ, ਫਿਰ